ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਸਾਰੇ ਬੇਬੇ ਨਾਨਕੀ ਅਸੀਸ ਭਲਾਈ ਕੇਂਦਰ, ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਨਾਲੇ ਤੇ ਭਲਾਈ ਕੇਂਦਰ ਦਾ ਸਾਲਾਨਾ ਸਮਾਗਮ ਮਨਾ ਰਹੇ ਹੋ, ਨਾਲੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਪਾਵਨ ਪੁੱਤਰ ਆਗਮਨ ਦਿਨ। ਤੁਸੀਂ ਕਾਫੀ ਲੰਬੇ ਸਮੇਂ ਤੋਂ ਜੁੜ ਕੇ ਬੈਠੇ ਹੋ, ਸਭ ਤੋਂ ਪਹਿਲਾਂ ਤੁਹਾਡੇ ਸਾਰਿਆਂ ਦੇ ਚਰਨਾਂ 'ਤੇ ਸਾਰੇ ਜੱਥੇ ਵੱਲੋਂ ਨਮਸਕਾਰ। ਆਪ ਜੀ ਨਿਮਾਣੇ ਜੇ ਜੱਥੇ ਦੀ ਹਾਜ਼ਰੀ ਆਪਣੇ ਚਰਨਾਂ 'ਚ ਲਾਉਣਾ ਜੀ। ਆਓ ਜਿੱਥੇ ਜਿੱਥੇ ਕੋਈ ਬੈਠਾ ਹੈ, ਖੜ੍ਹਾ, ਮੇਰੀ ਬੇਨਤੀ ਹੈ ਪਿੱਛੇ ਤੱਕ ਜਿੱਥੇ ਤੱਕ ਆਵਾਜ਼ ਆ ਰਹੀ ਹੈ ਸਾਰੇ ਸੰਗਤ 'ਚ ਸੱਜ ਜਾਓ, ਬੈਠ ਜਾਓ, ਤਾਂ ਜੋ ਉਸੇ ਤਰ੍ਹਾਂ ਜਿਸ ਤਰ੍ਹਾਂ ਵੀਰ ਜੀ ਆਪ ਜੀ ਨੂੰ ਨਿਹਾਲ ਕਰ ਰਹੇ ਸੀ, ਗੁਰੂ ਸਾਹਿਬ ਇਸ ਨਿਮਾਣੇ ਜੇ ਜੱਥੇ ਪਾਸੋਂ ਵੀ ਸੇਵਾ ਲੈਣ, ਗੁਰਬਾਣੀ ਪੜ੍ਹ ਕੇ, ਗੁਰਬਾਣੀ ਗਾ ਕੇ, ਉਹਦੀਆਂ ਸਿਫਤਾਂ ਗਾ ਕੇ ਅਸੀਂ ਗੁਰੂ ਚਰਨਾਂ ਦੇ ਵਿੱਚ ਗੁਰੂ ਦੇ ਪਿਆਰੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਵਿੱਚ ਜੁੜਨ ਦਾ ਯਤਨ ਕਰੀਏ। ਦੋ ਤਿੰਨ ਮਿੰਟ ਪਹਿਲੇ ਸਤਨਾਮ ਵਾਹਿਗੁਰੂ ਦਾ ਜਾਪ, ਕੋਈ ਵੀ ਰਸਨਾ ਵਾਂਝੀ ਨਾ ਰਹੇ, ਸਾਰਿਆਂ ਨੇ ਨਾਲ ਨਾਲ ਸਿਮਰਨ ਕਰਨਾ ਜੀ। ਸਤਨਾਮ 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 ਜੀ, ਵਾਹਿਗੁਰੂ 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 ਜੀ ਜਪੋ। ਸਤਨਾਮ ਜੀ ਵਾਹਿਗੁਰੂ 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 ਜੀ ਜਪੋ। ਸਤਨਾਮ ਜੀ ਵਾਹਿਗੁਰੂ 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 ਜੀ ਜਪੋ।
ਸਤਨਾਮ ਜੀ ਵਾਹਿਗੁਰੂ 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 ਜੀ ਜਪੋ ਗੁਰੂ ਪਿਆਰੀ ਸਾਹਿਬ ਸੰਗਤ ਜੀ ਜਿੰਨੀ ਵੀ ਸੰਗਤ ਬੈਠੇ ਹੋ ਜਿਤਨੀ ਵੀ ਸੰਗਤ ਬੈਠੇ ਹੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪਿਆਰ ਵਿੱਚ ਸਾਰੇ ਆਖੋ ਸਤਨਾਮ ਫਿਰ ਆਖੋ ਜੀ ਸਤਨਾਮ ਆਓ ਕੋਈ ਵੀ ਰਸਨਾ ਵਾਂਝੀ ਨਾ ਰਵੇ ਸਾਰੇ ਰਲ ਮਿਲ ਕੇ ਸ਼ਬਦ ਦਾ ਗਾਇਨ ਕਰੀਏ ਜਿਨਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੇ ਪਾਸ ਧੂੜ ਤਿਨਾ ਕੀ ਜੇ ਮਿਲੇ ਜੀ ਕਹੋ ਨਾਨਕ ਕੀ ਅਰਦਾਸ ਕੋਈ ਵੀ ਰਸਨਾ ਵਾਂਝੀ ਨਾ ਰਵੇ ਸਾਰਿਆਂ ਨੇ ਕਿਰਪਾ ਕਰਨੀ ਜੀ ਜਿਨਕੇ ਚੋਲੇ ਰਤੜੇ ਜਿਨਕੇ ਚੋਲੇ ਰਤੜੇ ਜਿਨਕੇ ਚੋਲੇ ਰਤੜੇ ਜਿਨਕੇ ਚੋਲੇ ਰਤੜੇ ਜਿਨਕੇ ਤੂਤੀਨਾ ਕੀ ਜੇ ਮਿਲ ਜੀ ਕਹੋ ਨਾਨਕ ਕੀ ਅਰਦਾਸ ਜਿਨਕੇ ਚੋਲੇ ਰਤੜੇ ਜਿਨਕੇ ਚੋਲੇ ਰਤੜੇ ਜਿਨਕੇ ਚੋਲੇ ਪਿਆਰੇ ਲੀਤੜਾ ਲੱਭ ਰੰਗਾਏ ਲੀਤੜਾ ਲੱਭ ਰੰਗਾਏ ਮੇਰੇ ਕੰਤ ਨਾ ਪਾਵੇ ਚੋਲੜਾ ਪਿਆਰੇ ਕੰਤ ਨਾ ਪਾਵੇ ਜੈ ਜਾਏ ਕਿਉਂ ਤਨ ਸੇ ਜੈ ਜਾਏ ਜਿਨਕੇ ਚੋਲੇ ਰਤੜੇ ਜਿਨਕੇ ਚੋਲੇ ਰਤੜੇ ਜਿਨਕੇ ਚੋਲੇ ਰਤੜੇ ਜਿਨਕੇ ਚੋਲੇ ਰਤੜੇ ਤੇਰਾ ਨਾਂ
ਜਾ ਤੇਰਾ ਨਾਮ ਕੁਰਬਾਨੇ ਜਾਉ ਤਿਨਾ ਕੇ ਲੈ ਜੋ ਤੇਰਾ ਨਾਮ ਲੈ ਜੋ ਤੇਰਾ ਸਰ
श्रद्धा मन की पूरे नानक दास है सुख मांगे मुख कर संतन की तूरे तुरते ना कीजे मिले तुरते ना कीजे मिले सारे तुरते ना कीजे मिले तुरते ना कीजे मिले सारे तन तन बाबा दीप सिंह जी तन तन बाबा दीप सिंह जी ऐसी कृपा तन तूर परो तुरते ना कीजे मिले तुरते ना कीजे मिले सारे सरदार जी कह दियो प्यार दे विच धन धन बाबा दीप सिंह जी फिर कह दियो जी धन धन बाबा दीप सिंह जी एक बारी फिर आखो सारे धन धन बाबा दीप सिंह जी जिनके चोले रतड़े प्यारे कंत तिना के पास धूड़ तिना की जे मिले जी कहो नानक की अरदास कुछ समय दे विच मेरे सत्कार जो पिता समान महापुरख भाई साहब भाई गुरु इकबाल सिंह जी पहुँच रहे हैं उन्हें भी आप जी के दर्शन करने ने तुसी उन्हां तो कोलों कथा विचारां दे विच बहुत वारी सरवण किया है कि जड़ी धूड़ी है ना धूड़ी एक हुंदी चरणा की धूड़ी एक हुंदी गुणा की धूड़ी सतनाम अज बाबा जी का दिहाड़ा मना रहे हैं असी बाबा जी दे गुणा दी धूड़ी मंगनी है बाबा जी अपने गुणा दी धूड़ी का छिट्टा सब अपने बच्चों की झोली च पाओ प्यार नाल पढ़ो सारे तुरती ना की जे मिले तुरती ना की जे मिले तन तन बाबा दीप सिंह जी 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 वाहे गुरु वाहे गुरु वाहे गुरु वाहे गुरु वाहे गुरु
सद बले हारे
सत बले हरे जन रे कसम का
ਸਾਰੀ ਸੰਗਤ ਜਿੰਨੇ ਵੀ ਬੈਠੇ ਹੋ ਧੰਨ ਬਾਬਾ ਦੀਪ ਸਿੰਘ ਜੀ ਦੇ ਪਿਆਰ ਵਿੱਚ ਆਖੋ ਸਾਰੇ ਸਤਨਾਮ ਜੋ ਜਨ ਲੇ ਖਸਮ ਕਾ ਨਾਉ ਤਿਨਕੇ ਸਦ ਬਲਿਹਾਰੇ ਜਾਉ ਸਾਡਾ ਬੱਚਾ ਕੋਈ ਸੋਹਣਾ ਕੰਮ ਕਰੇ ਨਾ ਇੱਕ ਵੀ ਕੰਮ ਸੋਹਣਾ ਕਰੇ ਤੇ ਮਾਂ ਕਹਿੰਦੀ ਇਹ ਵਾਰੇ ਜਾਵਾਂ ਤੇਰੇ ਤੋਂ ਇੰਨਾ ਸੋਹਣਾ ਕੰਮ ਕੀਤਾ ਬਲਿਹਾਰ ਜਾਵਾਂ ਤੇਰੇ ਤੋਂ ਬੜਾ ਵਧੀਆ ਕੰਮ ਕੀਤਾ ਇਹ ਜਿਹੜਾ ਤੁਸੀਂ ਪੜ੍ਹ ਰਹੇ ਹੋ ਨਾ ਤਿਨਕੇ ਸਦ ਬਲਿਹਾਰੇ ਜਾਓ ਬਾਬਾ ਜੀ ਦਾ ਕਿਹੜਾ ਕਿਹੜਾ ਗੁਣ ਅਸੀਂ ਸਾਹਮਣੇ ਰੱਖ ਕੇ ਬਾਬਾ ਜੀ ਨੂੰ ਕਹੀਏ ਬਾਬਾ ਜੀ ਤੇਰੇ ਤੋਂ ਬਲਿਹਾਰ ਜਾਈਏ ਕਿਹੜੇ ਕਿਹੜੇ ਗੁਣ ਨੂੰ ਸਾਹਮਣੇ ਰੱਖੀ ਜੇ ਵਿਕੇ ਨੇ ਕਲਗੀਧਰ ਮਹਾਰਾਜ ਦੇ ਚਰਨਾਂ 'ਚ ਅੰਦਰੋਂ ਬਾਹਰੋਂ ਵਿਕ ਗਏ 17 ਸਾਲ ਦੀ ਆਯੂ ਜਦੋਂ ਅਨੰਦਪੁਰ ਸਾਹਿਬ ਅੰਮ੍ਰਿਤ ਛਕਿਆ ਜਦੋਂ ਅੰਮ੍ਰਿਤ ਛਕਿਆ ਸੰਗਤ ਗਈ ਪੋਵਿੰਡ ਦੇ ਨਗਰ ਤੋਂ ਕਿਉਂਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਆਗਮਨ 1682 ਮਾਤਾ ਜੀਵਣੀ ਜੀ ਪਿਤਾ ਭਾਈ ਭਗਤਾ ਜੀ ਨਗਰ ਪੋਵਿੰਡ ਪੋਵਿੰਡ ਸਾਹਿਬ ਤੋਂ ਸੰਗਤ ਗਈ ਕਿਉਂਕਿ ਕਲਗੀਧਰ ਮਹਾਰਾਜ ਨੇ ਜਦੋਂ ਸੰਨ 1699 ਦੀ ਵਿਸਾਖੀ 'ਤੇ ਸਭ ਨੂੰ ਅੰਮ੍ਰਿਤ ਪਾਨ ਕਰਾਇਆ ਸਭ ਨਗਰਾਂ ਦੇ ਵਿੱਚ ਮਹਾਰਾਜ ਨੇ ਪਹਿਲੇ ਹੁਕਮਨਾਮੇ ਭੇਜੇ ਸੀ ਇਹ ਵੀ ਸੰਗ ਨਾਲ ਗਏ ਅੰਮ੍ਰਿਤ ਪਾਨ ਗੁਰੂ ਸਾਹਿਬ ਤੋਂ ਕੀਤਾ ਹੁਣ ਸਾਰੀ ਸੰਗਤ ਵਾਪਸ ਆਉਣ ਲੱਗੀ ਤੇ ਬਾਬਾ ਦੀਪ ਸਿੰਘ ਜੀ ਕਹਿੰਦੇ ਮੈਂ ਵਾਪਸ ਨਹੀਂ ਜਾਣਾ ਮਾਤਾ ਪਿਆਰ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀਪਾ ਕਹਿ ਕੇ ਜਾਂ ਦੀਪ ਕਹਿ ਕੇ ਬੁਲਾਉਂਦੇ ਸੀ ਮਾਤਾ ਜੀ ਪਿਆਰ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮਾਤਾ ਜੀਵਣੀ ਜੀ ਕਹਿਣ ਲੱਗੇ ਕਹਿੰਦੇ ਸਤਿਗੁਰ ਜੀ ਇਹ ਵੇਖੋ ਦੀਪ ਕੀ ਕਹਿ ਰਿਹਾ ਕਹਿੰਦੇ ਮੈਂ ਘਰ ਨਹੀਂ ਜਾਣਾ ਮੈਂ ਇੱਥੇ ਹੀ ਰਹਿਣਾ ਤੇ ਅੱਗੋਂ ਕਲਗੀਧਰ ਮਹਾਰਾਜ ਕਹਿਣ ਲੱਗੇ ਕਹਿੰਦੇ ਮਾਤਾ ਇਸ ਦੀਪ ਨੂੰ ਇੱਥੇ ਹੀ ਛੱਡ ਦਿਓ ਕਿਉਂਕਿ ਸਮਾਂ ਆਉਣਾ ਇਸ ਦੀਪ ਨੇ ਕਈ ਬੁਝੇ ਦੀਪ ਜਗਾਉਣੇ ਨੇ ਉੱਥੇ ਫਿਰ ਕਾਫੀ ਸਮਾਂ ਮਹਾਰਾਜ ਰਹੇ ਧੰਨ ਬਾਬਾ ਦੀਪ ਸਿੰਘ ਜੀ ਰਹੇ ਮਹਾਰਾਜ ਦੇ ਕੋਲ ਸੰਥਿਆ ਲਈ ਗੁਰਬਾਣੀ ਦੀ ਕਈ ਭਾਸ਼ਾਵਾਂ ਸਿੱਖੀਆਂ ਗੁਰਬਾਣੀ ਦੀ ਲਿਖਾਈ ਧੰਨ ਬਾਬਾ ਦੀਪ ਸਿੰਘ ਜੀ ਬੜੀ ਸੁੰਦਰ ਕਰਦੇ ਸੀ ਕਾਫੀ ਸਮਾਂ ਮਹਾਰਾਜ ਨੇ ਆਪਣੇ ਕੋਲ ਰੱਖਿਆ ਤੇ ਫਿਰ ਹੁਕਮ ਲਾਇਆ ਕਿ ਜਾਓ ਹੁਣ ਆਪਣੇ ਨਗਰ ਚਲੇ ਜਾਓ ਜੋ ਕੁਝ ਇੱਥੋਂ ਪ੍ਰਾਪਤ ਕੀਤਾ ਗੁਰਬਾਣੀ ਦੀ ਸੰਥਿਆ ਲਈ ਹੈ ਗੁਰਬਾਣੀ ਕੰਠ ਕੀਤੀ ਹੈ ਕਈ ਭਾਸ਼ਾਵਾਂ ਸਿੱਖੀਆਂ ਇਹ ਕੁਝ ਜਾ ਕੇ ਤੁਸੀਂ ਵੰਡਣਾ ਕਰਨਾ ਤੇ ਟੁੱਟਿਆ ਹੋਇਆਂ ਨੂੰ ਗੁਰੂ ਨਾਨਕ ਦੇ ਘਰ ਨਾਲ ਜੋੜਨਾ ਸਤਿਗੁਰੂ ਜੀ ਦਾ ਹੁਕਮ ਮੰਨ ਕੇ ਧੰਨ ਬਾਬਾ ਦੀਪ ਸਿੰਘ ਜੀ ਪੋਵਿੰਡ ਨਗਰ ਆ ਗਏ ਉੱਧਰ 1704 ਈਸਵੀ ਵਿੱਚ ਤੁਹਾਨੂੰ ਪਤਾ ਹੈ ਕਿ ਕੁਝ ਵਾਪਰਿਆ ਕਿਲੇ ਨੂੰ ਘੇਰਾ ਪਿਆ ਕਈ ਮਹੀਨੇ
ਮਹਾਰਾਜ ਜੀ ਦਾ ਕਿਲਾ ਛੱਡਣਾ, ਪਰਿਵਾਰ ਵਿਛੋਣਾ ਹੋਣਾ, ਦੋ ਵੱਡੇ ਸਾਹਿਬਜ਼ਾਦੇ ਚਮਕੌਰ ਦੇ ਜੰਗ ਵਿੱਚ ਸ਼ਹੀਦ ਹੋ ਗਏ, ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤਾ ਗਿਆ, ਮਾਤਾ ਗੁਜਰ ਕੌਰ ਜੀ ਦੀ ਸ਼ਹੀਦੀ, ਇਹ ਸਾਰਾ ਕੁਝ ਜੰਗਾਂ ਯੁੱਧਾਂ ਤੋਂ ਵਿਹਲਿਆਂ ਹੋ ਕੇ ਜਦੋਂ ਜੰਗ ਯੁੱਧ ਸਾਰੇ ਮੁੱਕ ਗਏ ਤੇ ਮਹਾਰਾਜ ਨੇ ਕਮਰ ਕੱਸਾ ਖੋਲਿਆ, ਸਭੋ ਕੀ ਤਲੁੰਡੀ, ਸਭੋ ਕੀ ਤਲਵੰਡੀ, ਮਹਾਰਾਜ ਨੇ ਫਿਰ ਧੰਨ ਬਾਬਾ ਦੀਪ ਸਿੰਘ ਜੀ ਨੂੰ ਸੁਣਿਆ ਘੱਲਿਆ ਕਿ ਇੱਥੇ ਆਓ, ਤੁਹਾਡੇ ਕੋਲੋਂ ਸੇਵਾ ਲੈਣੀ। ਉਹ ਸੇਵਾ ਕੀ ਸੀ? ਸਿੱਖਾਂ ਨੇ ਕਿਹਾ ਕਿ ਮਹਾਰਾਜ ਸੰਪੂਰਨ ਬਾਣੀ ਦੀ ਸੰਥਿਆ ਦੇ ਦਿਓ, ਤੇ ਮਹਾਰਾਜ ਨੇ ਕਿਹਾ ਕਿ ਜਾਓ ਆਦਿ ਗ੍ਰੰਥ, ਕਿਉਂਕਿ ਗੁਰੂ ਪਦਵੀ 1708 ਈਸਵੀ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਿੱਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ, ਉਸ ਤੋਂ ਪਹਿਲੇ ਆਦਿ ਗ੍ਰੰਥ ਕਿਹਾ ਜਾਂਦਾ ਸੀ। ਮਹਾਰਾਜ ਨੇ ਕਿਹਾ ਜਾਓ ਧੀਰ ਮਲੀਆਂ ਪਾਸੋਂ ਆਦਿ ਗ੍ਰੰਥ ਸਰੂਪ ਲੈ ਕੇ ਆਓ। ਜਦੋਂ ਲੈਣ ਗਏ ਤੇ ਉਹਨਾਂ ਕਹਿ ਦਿੱਤਾ ਕਿ ਜੇ ਗੁਰੂ ਨਾਨਕ ਦੀ ਜੋਤ ਹੈਗੀ ਤੇ ਆਪੇ ਬਾਣੀ ਰਚ ਲੈਣ। ਫਿਰ ਮਹਾਰਾਜ ਨੇ ਆਪਣੇ ਨਿੱਜ ਬਲ ਤੋਂ, ਆਤਮਕ ਬਲ ਤੋਂ 9 ਮਹੀਨੇ 9 ਦਿਨ ਤੇ 9 ਘੜੀਆਂ ਦੇ ਵਿੱਚ ਸੰਪੂਰਨ ਬਾਣੀ 1 ਓਂਕਾਰ ਤੋਂ ਲੈ ਕੇ 18:10-20 ਤੱਕ ਇਹ ਮਹਾਰਾਜ ਨੇ ਉੱਥੇ ਲਿਖਾਈ। 9ਵੇਂ ਮਹੱਲੇ ਦੀ ਬਾਣੀ ਵੀ ਫਿਰ ਮਹਾਰਾਜ ਜੀ ਨੇ ਵਿੱਚ ਨਾਲ ਐਡ ਕੀਤੀ। ਲਿਖਾਰੀ ਦੀ ਸੇਵਾ ਨਿਭਾਈ ਭਾਈ ਮਨੀ ਸਿੰਘ ਜੀ ਨੇ ਤੇ ਉੱਪਰਲੀ ਸੇਵਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ। ਸੰਗਤ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ ਇੰਨੇ ਚਾਅ ਨਾਲ ਸੇਵਾ ਕਰਦੇ ਸੀ ਨਾ ਕਿ ਉਦੋਂ ਇਹ ਸਮਾਂ ਨਹੀਂ ਸੀ ਵੀ ਬਾਜ਼ਾਰ ਜਾਣਾ ਤੇ ਸ਼ਾਹੀ ਮਿਲ ਜਾਣੀ, ਆਪ ਬਣਾਉਣੀ ਪੈਂਦੀ ਸੀ। ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਵਾਹਿਗੁਰੂ ਜਪਦਿਆਂ ਸ਼ਾਹੀ ਤਿਆਰ ਕਰਦੇ ਸੀ, ਵਾਹਿਗੁਰੂ ਵਾਹਿਗੁਰੂ ਜਪਦਿਆਂ ਪੱਤਰ ਦਾ ਇੰਤਜ਼ਾਮ ਕਰਨਾ। ਜਦੋਂ ਤੇ ਬਾਣੀ ਲਿਖੀ ਗਈ ਫਿਰ ਅੰਗ ਨੇ, ਅਸੀਂ ਗੁਰਬਾਣੀ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜੋ 1430 ਅੰਗ ਕਹਿਣਾ, ਅੰਗ ਪੰਨੇ ਨਹੀਂ, ਕਿਉਂਕਿ ਪ੍ਰਗਟ ਗੁਰਾਂ ਕੀ ਦੇਹ। ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਸਾਰਾ ਉੱਪਰਲਾ ਇੰਤਜ਼ਾਮ ਕਰਨਾ ਸ਼ਾਹੀ ਦਾ, ਕਲਮਾਂ ਦਾ, ਤੇ ਜਿਹੜੀ ਕਲਮ ਨਾਲ ਬਾਣੀ ਲਿਖੀ ਜਾਣੀ ਉਹ ਕਲਮ ਨੂੰ ਦੁਬਾਰਾ ਘੜਦੇ ਨਹੀਂ ਸੀ ਗੁਰਬਾਣੀ ਦੇ ਸਤਿਕਾਰ। ਜਦੋਂ ਮਹਾਰਾਜ ਫਿਰ ਨੰਦੇੜ ਵੱਲ ਗਏ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੂੰ ਜਥੇਦਾਰ ਥਾਪ ਕੇ ਗਏ ਦਮਦਮਾ ਸਾਹਿਬ ਤੋਂ, ਨਾਲ ਡਿਊਟੀਆਂ ਲਾ ਕੇ ਗਏ ਕਿ ਟੁੱਟੀਆਂ ਨੂੰ ਗੁਰੂ ਨਾਨਕ ਨਾਲ ਜੋੜਦੇ ਰਹਿਣਾ, ਬਾਣੀ ਨਾਲ ਜੋੜਦੇ ਰਹਿਣਾ, ਅੰਮ੍ਰਿਤ ਛਕਾ ਕੇ ਸਿੰਘ ਸਜਾਉਂਦੇ ਰਹਿਣਾ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਜਿਹੜੇ ਜਿੱਥੇ ਜ਼ਰੂਰਤ ਹੈ ਲਿਖ ਕੇ ਉਹ ਸੇਵਾ ਨਿਭਾਉਂਦੇ ਰਹਿਣਾ। ਬਾਬਾ ਦੀਪ ਸਿੰਘ ਜੀ ਨੇ ਸਾਰੀਆਂ ਸੇਵਾ ਕਮਾਈਆਂ, ਗਊ ਗਰੀਬ ਦੀ ਰਾਖੀ ਕਰਨ ਲਈ ਕਿਹਾ ਮਹਾਰਾਜ ਨੇ, ਗਊ ਗਰੀਬ ਦੀ ਰਾਖੀ ਵੀ ਕੀਤੀ, ਅੰਮ੍ਰਿਤ ਪਾਣ ਵੀ ਕਰਾਇਆ, ਟੁੱਟਿਆਂ ਨੂੰ ਗੁਰੂ ਘਰ ਨਾਲ ਜੋੜਿਆ, ਤੁਰਕੀ ਬਾਣੀ ਦਾ ਪ੍ਰਚਾਰ ਕੀਤਾ। 4 ਸਰੂਪ ਗੁਰਮੁਖੀ ਭਾਸ਼ਾ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਨੇ 4 ਸਰੂਪ। ਇੱਕ ਸਰੂਪ ਸ੍ਰੀ ਅਕਾਲ ਤਖਤ ਸਾਹਿਬ। ਸੰਗਤ ਜੀ, ਤੁਹਾਨੂੰ ਸ਼ਾਇਦ ਪਤਾ ਹੈ ਕਿ ਨਹੀਂ, ਸਿੰਘ ਸਾਹਿਬ ਜੀ ਉਸ ਦਿਨ ਦੱਸ ਰਹੇ ਸੀ ਆਪਣੀ ਰਸਨਾ ਤੋਂ, ਕਹਿੰਦੇ ਹਰਿਮੰਦਰ ਸਾਹਿਬ ਜਦੋਂ ਸਾਲ ਵਿੱਚ 6 ਵਾਰੀ ਜਲੋ ਸਜਦਾ ਨਾ, ਸਾਲ ਦੇ ਵਿੱਚ 6 ਵਾਰੀ ਜਲੋ ਸਜਦਾ ਹਰਿਮੰਦਰ ਸਾਹਿਬ, ਕਹਿੰਦੇ ਜਿਸ ਦਿਨ ਜਲੋ ਸਜਦਾ ਉਸ ਦਿਨ ਹਰਿਮੰਦਰ ਸਾਹਿਬ ਦੇ ਅੰਦਰ ਜਿਹੜਾ ਪ੍ਰਕਾਸ਼ ਹੁੰਦਾ ਨਾ ਜਿਹੜੇ ਸਰੂਪ ਦਾ, ਉਹ ਸਰੂਪ ਜਿਹੜਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਹਸਤਲਿਖਤ ਸਰੂਪ। 2.5 ਕਿਲੋ ਸੋਨਾ ਲੱਗਾ ਸੰਗਤ ਜੀ, 2.5 ਕਿਲੋ ਸੋਨਾ
ਉਸ ਰੂਪ ਦੀ ਜਿਹੜੀ ਅਸੀਂ ਜਿਲਦ ਨਹੀਂ ਕਵਾਂਗੇ, ਬਾਹਰਲੇ ਅੰਗ, ਬਾਹਰਲੇ ਅੰਗ ਜਿਹੜੇ 2.5 ਕਿਲੋ ਸੋਨਾ ਲੱਗਾ। ਇੱਕ ਸਰੂਪ ਅਕਾਲ ਤਖਤ ਸਾਹਿਬ, ਇੱਕ ਸਰੂਪ ਸ੍ਰੀ ਪਟਨਾ ਸਾਹਿਬ, ਇੱਕ ਹਜ਼ੂਰ ਸਾਹਿਬ, ਇੱਕ ਸਰੂਪ ਸਭੋ ਕੀ ਤਲਵੰਡੀ ਦਮਦਮਾ ਸਾਹਿਬ। ਔਰ ਸੰਗਤ ਜੀ, ਦਮਦਮਾ ਸਾਹਿਬ ਦੇ ਵਿੱਚ ਧੰਨ ਬਾਬਾ ਦੀਪ ਸਿੰਘ ਜੀ ਦਾ ਇੱਕ ਗੁਟਕਾ ਸਾਹਿਬ ਵੀ ਪਿਆ, ਸਾਨੂੰ ਵੀ ਨਹੀਂ ਸੀ ਪਤਾ ਪਹਿਲੇ, ਸਿੰਘ ਸਾਹਿਬ ਜੀ ਕੋਲੋਂ ਸੁਣਿਆ, ਗਿਆਨੀ ਅਮਰਜੀਤ ਸਿੰਘ ਜੀ ਸਤਿਕਾਰਯੋਗ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਜੋ ਗ੍ਰੰਥੀ ਸਿੰਘ ਜੀ ਨੇ, ਉਹਨਾਂ ਦੱਸਿਆ, ਕਹਿੰਦੇ ਉੱਥੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਗੁਟਕਾ ਸਾਹਿਬ ਹੈ, ਗੁਟਕਾ ਸਾਹਿਬ ਅੱਜ ਵੀ ਮੌਜੂਦ ਹੈ, 917 ਅੰਕ ਨੇ ਉਸ ਗੁਟਕਾ ਸਾਹਿਬ ਦੇ। ਔਰ ਕਹਿੰਦੇ ਉਹਦਾ ਸਾਈਜ਼ ਪਤਾ ਕਿੰਨਾ, ਤੁਸੀਂ 4 ਭਾਗਾਂ ਵਾਲੀਆਂ ਸੈਂਚੀਆਂ ਲੈਂਦੇ ਹੋਵੋਗੇ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਅਰਥਾਂ ਵਾਲੀਆਂ ਸੈਂਚੀਆਂ ਜਿਹੜੀਆਂ ਉਹ 4 ਭਾਗਾਂ 'ਚ ਆਉਂਦੀਆਂ। ਕਹਿੰਦੇ 2 ਭਾਗ ਇਕੱਠੇ ਕਰ ਲਓ ਅਤੇ ਇਹਨਾਂ ਉਹ ਇੱਕ ਗੁਟਕਾ ਸਾਹਿਬ ਹੈ, ਔਰ ਗੁਟਕਾ ਸਾਹਿਬ ਕਿਹੜਾ, ਧੰਨ ਬਾਬਾ ਦੀਪ ਸਿੰਘ ਜੀ ਕੇ ਕਮਰ ਕੱਸੇ ਕਾ ਗੁਟਕਾ ਸਾਹਿਬ, ਆਖੋ ਸਤਨਾਮ। 917 ਅੰਗ ਨੇ ਅਤੇ 19 ਅੰਗਾਂ ਦਾ ਤਤਕਰਾ ਹੀ ਹੈ ਗੁਟਕਾ ਸਾਹਿਬ ਦਾ, ਆਪੇ ਅੰਦਾਜ਼ਾ ਲਾ ਲਓ ਕਿ ਧੰਨ ਬਾਬਾ ਦੀਪ ਸਿੰਘ ਜੀ ਕਿੰਨੀ ਬਾਣੀ ਪੜ੍ਹਦੇ ਸੀ। 5 ਬਾਣੀਆਂ ਕਰਨੀਆਂ ਅਲੱਗ, 101 ਪਾੜ ਜਪਜੀ ਸਾਹਿਬ ਜੀ ਦਾ ਤੁਸੀਂ ਸੁਣਦੇ ਹੋ ਰੋਜ਼ ਦਾ ਬਾਬਾ ਦੀਪ ਸਿੰਘ ਜੀ ਦਾ ਨੇਮ, 5 ਗ੍ਰੰਥੀ ਵੀ ਪੜ੍ਹਨੀ, ਰਰਾਸ ਸਾਹਿਬ ਵੀ, ਸੋਹਿਲਾ ਸਾਹਿਬ ਵੀ, ਅਤੇ ਤੁਸੀਂ ਦੇਖੋ ਜਿਹੜਾ ਕਮਰ ਕੱਸੇ ਦਾ ਗੁਟਕਾ ਸਾਹਿਬ 917 ਅੰਗ ਦਾ, ਉਹਦੇ 'ਤੇ ਜ਼ਿਆਦਾ ਬਾਣੀ ਦਸਮ ਗ੍ਰੰਥ ਦੀ, ਦਸਮ ਦੀ ਬਾਣੀ, ਅਤੇ ਉਹ ਵੀ ਬਾਬਾ ਜੀ ਨਿੱਤ ਪੜ੍ਹਦੇ ਸੀ। ਸਤਸੰਗਤ ਜੀ, ਉਹਦੇ ਉੱਤੇ ਫਾਰਸੀ ਦੇ ਵਿੱਚ ਧੰਨ ਬਾਬਾ ਦੀਪ ਸਿੰਘ ਜੀ ਦੇ ਦਸਤਖਤ ਵੀ ਨੇ, ਫਾਰਸੀ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਸਤਖਤ ਨੇ, ਅਤੇ ਕਿਸੇ ਫਾਰਸੀ ਪੜ੍ਹਨ ਵਾਲੇ ਕੋਲੋਂ ਜਦੋਂ ਦਸਤਖਤ ਪੜ੍ਹਾਏ ਗਏ, ਉਹਨੇ ਪੰਜਾਬੀ 'ਚ ਜਦੋਂ ਉਲੱਥਾ ਕੀਤਾ ਉਹ ਦਸਤਖਤ ਦਾ, ਅਤੇ ਲਿਖਿਆ ਸੀ ਅਸਵਾਰਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਾ ਕਮਰ ਕੱਸਾ ਗੁਟਕਾ ਬਾਬਾ ਦੀਪ ਸਿੰਘ ਕਾ। ਇੱਕ ਜਕਾਰਾ ਦੇ ਦਿਓ ਪਿਆਰ 'ਚ, ਸਤਸੰਗਤ ਜੀ ਕਿੰਨੀ ਬਾਣੀ ਬਾਬਾ ਜੀ ਨਿੱਤਾ ਪ੍ਰਤੀ ਪੜ੍ਹਦੇ ਸੀ। ਅੱਜ ਜੋ ਸਮਾਂ ਚੱਲ ਪਿਆ, ਅਸੀਂ ਗੁਰਬਾਣੀ ਪੜ੍ਹਨ 'ਤੇ ਕਿੰਤੂ ਪ੍ਰੰਤੂ ਸ਼ੁਰੂ ਹੋ ਗਈ, ਗੁਰਬਾਣੀ ਨਾਲ ਤੋੜਿਆ ਜਾ ਰਿਹਾ। ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਜਿਹੜਾ ਗੁਰਬਾਣੀ ਦਾ ਲੜ ਫੜੇਗਾ ਨਾ, ਦੋ ਮਿੰਟ ਪੜਿਓ ਪਿਆਰ ਦੇ ਨਾਲ, ਬਾਣੀ ਸਿਓ ਰੰਗ ਲਾਏ ਗੁਰ ਕੀ ਬਾਣੀ ਸਿਓ ਰੰਗ ਲਾਏ, ਬਾਣੀ ਸਿਓ ਰੰਗ ਸਿਓ ਰੰਗ ਲਾਏ ਗੁਰ ਕੀ ਬਾਣੀ ਸਿਓ ਰੰਗ ਲਾਏ, ਬਾਣੀ ਸਿਓ ਰੰਗ ਲਾਏ ਗੁਰ ਕੀ ਬਾਣੀ ਸਿਓ ਰੰਗ ਲਾਏ, ਸਾਰੇ ਬਾਣੀ ਸਿਓ ਰੰਗ ਲਾਏ ਗੁਰ ਕੀ ਬਾਣੀ ਸਿਓ ਰੰਗ ਲਾਏ, ਸੰਗਤ ਜੀ ਜੇ ਅੱਜ ਬਲਿਹਾਰ ਜਾ ਰਹੇ ਹਾਂ ਨਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੋਂ, ਅਤੇ ਆਪਣੇ ਜ਼ਰੂਰ ਆਪਣੇ ਆਪ ਨੂੰ ਪਰਖੀਏ ਅਸੀਂ ਕਿੱਥੇ ਖਲੋਤੇ ਹਾਂ, ਰੋਜ਼ ਦਾ ਸਾਡਾ ਕਿੰਨਾ ਕੁ ਨਿਤਨੇਮ ਹੈ, ਬਾਣੀ ਨੇ ਸਾਡਾ ਭਲਾਈ ਕਰਨਾ,
ਬਾਣੀ ਨੇ ਸਾਡਾ ਸਵਾਰਨਾ ਹੀ ਸਵਾਰਨਾ। ਸਾਧ ਸੰਗਤ ਜੀ, ਇਹ ਜ਼ਿਕਰ ਸ਼ਾਇਦ ਤੁਸੀਂ ਅੱਗੇ ਸੁਣਿਆ ਹੋਵੇ। ਸੰਨ 1972 ਦੇ ਨੇੜੇ ਦੀ ਗੱਲ ਹੈ। ਇੱਕ ਪਰਿਵਾਰ ਪੰਜਾਬ ਤੋਂ ਕੈਨੇਡਾ ਜਾ ਕੇ ਵੱਸ ਗਿਆ। ਪਤੀ ਦਾ ਨਾਂ ਲਿਖਿਆ ਹਰੀ ਸਿੰਘ, ਪਤਨੀ ਦਾ ਨਾਂ ਹੈ ਗੁਰਦੇਵ ਕੌਰ। ਹੈ ਨਾਸਤਿਕ ਨੇ, ਜਨਮ ਸਿੱਖੀ ਦੇ ਮਹਿਲਾਂ ਦਾ, ਪਰ ਨਾ ਬਾਣੀ ਪੜ੍ਹਦੇ ਆ ਨਾ ਗੁਰੂ ਘਰ ਜਾਂਦੇ ਆ। ਪੰਜ ਛੇ ਸਾਲ ਸੱਤ ਸਾਲ ਔਲਾਦ ਨਹੀਂ ਹੋਈ ਇਹਨਾਂ ਘਰ। ਛੇ ਸੱਤ ਸਾਲ ਬਾਅਦ ਇੱਕ ਲੜਕੇ ਦਾ ਜਨਮ ਹੋਇਆ ਤੇ ਨਾਂ ਇਹਨਾਂ ਰੱਖਿਆ ਸੁਰਜੀਤ ਸਿੰਘ। ਹੁਣ ਸਾਧ ਸੰਗਤ ਜੀ, ਬੱਚਾ 6 ਮਹੀਨੇ ਦਾ ਹੋਵੇ, 8 ਮਹੀਨੇ ਦਾ ਹੋਵੇ, ਬਹਿਣਾ ਸ਼ੁਰੂ ਕਰ ਦਿੰਦਾ। ਸਾਲ ਦਾ ਬੱਚਾ ਖਲੋਣਾ ਸ਼ੁਰੂ ਕਰ ਦਿੰਦਾ, ਥੋੜ੍ਹਾ ਹੋਰ ਵੱਡਾ ਬੱਚਾ ਤੁਰਨਾ ਸ਼ੁਰੂ ਕਰ ਦਿੰਦਾ, ਪਰ ਇਹ ਬੱਚਾ ਸਾਲ ਡੇਢ ਸਾਲ ਦਾ ਹੋ ਗਿਆ, ਇਹਦਾ ਇੱਕ ਵੀ ਅੰਗ ਹਰਕਤ 'ਚ ਨਹੀਂ ਹੈਗਾ। ਕੋਈ ਅੰਗ ਨਹੀਂ ਹੁੰਦਾ, ਨਾ ਬਾਂਹ ਹਿਲਦੀ, ਨਾ ਲੱਤ ਹਿਲਦੀ ਹੈ, ਬਸ ਇੱਦਾਂ ਪਿਆ ਜਿਵੇਂ ਕੋਈ ਜਿੰਦਾ ਲੋਥ ਪਈ ਹੈ ਨਾ, ਇੱਦਾਂ ਪਿਆ। ਮਾਂ ਦੁੱਧ ਪਿਆ ਦਿੰਦੀ ਹੈ ਅਤੇ ਉਹਦਾ ਕਿਰਿਆ ਕਰਮ ਉਹਦੀ ਸਫਾਈ ਕਰ ਦਿੰਦੀ ਹੈ। ਕਦੀ ਕਿਸੇ ਨੂੰ ਵਿਖਾਇਆ, ਕਦੀ ਕਿਸੇ ਨੂੰ ਵਿਖਾਇਆ, ਕਦੀ ਕਿਸੇ ਡਾਕਟਰ ਕੋਲ, ਕਦੀ ਕਿਸੇ ਡਾਕਟਰ ਕੋਲ। ਸਭ ਟੈਸਟ ਹੋਏ, ਇਨਵੈਸਟੀਗੇਸ਼ਨ ਤੋਂ ਬਾਅਦ ਤੱਤ ਕੀ ਨਿਕਲਿਆ, ਰਿਪੋਰਟਾਂ ਕੀ ਆਈਆਂ ਕਿ ਜਦੋਂ ਬੱਚੇ ਦਾ ਜਨਮ ਹੋਇਆ ਨਾ, ਬੱਚੇ ਦੇ ਬ੍ਰੇਨ ਨੂੰ ਪੂਰੀ ਆਕਸੀਜਨ ਨਹੀਂ ਮਿਲੀ, ਇਸ ਕਰਕੇ ਬੱਚਾ ਇੱਦਾਂ ਹੈ ਅਤੇ ਇਹ ਇੱਦਾਂ ਹੀ ਰਹੇਗਾ। ਹੁਣ ਸਾਧ ਸੰਗਤ ਜੀ, ਸਮਾਂ ਬੀਤਦਿਆਂ ਬੀਤਦਿਆਂ ਬੱਚਾ 4.5 ਸਾਲ ਦਾ ਹੋ ਗਿਆ ਹੈ, ਉੱਦਾਂ ਹੀ ਜਿੰਦਾ ਲੋਥ ਵਾਂਗੂ। ਨਮਸਕਾਰ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ। ਹੈ ਜਿੰਦਾ ਲੋਥ ਵਾਂਗੂ। ਸਾਧ ਸੰਗਤ, ਹੁਣ ਕਿਸੇ ਨੇ ਰਾਏ ਦਿੱਤੀ ਇਹਨਾਂ ਨੂੰ, ਰਾਏ ਕੀ ਦਿੱਤੀ? ਕਹਿੰਦੇ 4.5 ਸਾਲ ਦਾ ਬੱਚਾ ਹੋ ਗਿਆ, ਤੁਹਾਡਾ ਠੀਕ ਨਹੀਂ ਹੋ ਰਿਹਾ, ਕਦੀ ਕਿਸੇ ਡਾਕਟਰ ਕੋਲ ਲੈ ਕੇ ਜਾਂਦੇ ਹੋ, ਕਦੀ ਕਿਸੇ ਕੋਲੋਂ। ਇੱਦਾਂ ਕਰੋ, ਸਰਕਾਰ ਵੱਲੋਂ ਇਹਦਾ ਸਰਟੀਫਿਕੇਟ ਇਸ਼ੂ ਕਰਾ ਲਓ। ਸਾਡੇ ਇੰਡੀਆ 'ਚ ਵੀ ਬਣਦੇ ਨੇ, ਡਿਸੇਬਲਡ ਜਾਂ ਕੋਈ ਹੈਂਡੀਕੈਪ ਹੁੰਦਾ ਤਾਂ ਉਹਨੂੰ ਸਰਟੀਫਿਕੇਟ ਮਿਲ ਜਾਂਦਾ। ਫਿਰ ਉਹਨੂੰ ਕਈ ਮਹਿਕਮਿਆਂ ਦੇ ਵਿੱਚ, ਰੇਲ ਦੇ ਕਿਰਾਏ, ਬੱਸ ਦੇ ਕਿਰਾਏ, ਹਸਪਤਾਲਾਂ 'ਚ ਉਹ ਛੂਟ ਮਿਲ ਜਾਂਦੀ ਉਹਨਾਂ ਨੂੰ। ਕਿਸੇ ਨੇ ਰਾਏ ਦਿੱਤੀ ਕਿ ਇਹਦਾ ਤੁਸੀਂ ਉਹ ਸਰਟੀਫਿਕੇਟ ਬਣਵਾ ਲਓ ਵੀ ਇਹ ਬੱਚਾ ਤੁਹਾਡਾ ਡਿਸੇਬਲ ਹੈ, ਇਹ ਜਿਹੜਾ ਨਹੀਂ ਬੱਚਾ ਠੀਕ, ਰਾਜੀ ਨਹੀਂ, ਅਤੇ ਤੁਹਾਡਾ ਜਿਹੜਾ ਦਵਾ ਦਾਰੂ ਉਹ ਸਰਕਾਰ ਵੱਲੋਂ ਚੱਲਦਾ ਰਹੇਗਾ। ਸਤਿ ਸੰਗਤ ਜੀ, ਅੱਜ ਮਨ ਬਣਾ ਲਿਆ ਕਿ ਜਿੱਥੋਂ ਮਿਲਦਾ ਨਾ ਉੱਥੇ ਸਾਰਾ ਚੈੱਕਅਪ ਕਰਾ ਕੇ ਅਤੇ ਇਹਦਾ ਸਰਟੀਫਿਕੇਟ ਬਣਵਾ ਲਈਏ। ਜਿੰਨੇ ਬੈਠੇ ਹੋ, ਦੋਵੇਂ ਮਾਤਾ ਪਿਤਾ ਬੱਚੇ ਨੂੰ ਚੁੱਕ ਕੇ ਹਸਪਤਾਲ ਪਹੁੰਚੇ ਨੇ, ਉਸ ਹਸਪਤਾਲ 'ਚ ਜਿੱਥੇ ਡਾਕਟਰਾਂ ਨੇ ਸਾਰੇ ਟੈਸਟ ਚੈੱਕਅਪ ਕਰਕੇ ਅਤੇ ਸਰਟੀਫਿਕੇਟ ਬਣਾ ਕੇ ਦੇਣਾ। 12 ਡਾਕਟਰਾਂ ਦੀ ਟੀਮ ਬੈਠੀ ਹੈ ਉੱਥੇ, 12 ਡਾਕਟਰਾਂ ਦੀ, 12 ਡਾਕਟਰਾਂ ਦੀ ਟੀਮ ਬੈਠੀ ਹੈ। ਉਹਨਾਂ ਨੇ ਸਾਰੇ ਟੈਸਟ ਦੁਬਾਰਾ ਕਰਾਏ, ਜੋ MRI ਸਕੈਨ, CT ਸਕੈਨ ਜੋ ਕਰਾਉਣਾ ਸੀ ਦੁਬਾਰਾ, ਸਾਰਾ ਕੁਝ, ਸਭ ਟੈਸਟ ਦੁਬਾਰਾ ਹੋਏ ਸਾਰੇ। ਬਾਰਾਂ ਡਾਕਟਰਾਂ ਦੀ ਟੀਮ, ਉਹਨਾਂ ਸਰਟੀਫਿਕੇਟ ਬਣਾ ਕੇ ਦੇ ਦਿੱਤਾ ਵੀ ਇਹ ਬੱਚਾ ਟੈਸਟ ਤੋਂ
ਰਿਪੋਰਟ ਕੀ ਆਈ ਕਿ ਬੱਚੇ ਦੇ ਜਨਮ ਵੇਲੇ ਇਹਨੂੰ ਆਕਸੀਜਨ ਨਹੀਂ ਮਿਲੀ, ਉਹ ਰਿਪੋਰਟ, ਇਹ ਬੱਚਾ ਰਾਜੀ ਨਹੀਂ ਹੋ ਸਕਦਾ। 12 ਡਾਕਟਰਾਂ ਨੇ ਸਾਈਨ ਕਰਕੇ ਲਿਖ ਕੇ ਦਿੱਤਾ ਕਿ ਇਹ ਰਾਜੀ ਨਹੀਂ ਹੋ ਸਕਦਾ ਅਤੇ ਇਹਨੂੰ ਸਰਕਾਰੀ ਤੌਰ 'ਤੇ ਮਦਦ ਦਿੱਤੀ ਜਾਵੇ। ਸੰਗਤ ਜੀ, ਹੁਣ ਤੁਸੀਂ ਦੱਸੋ ਉਸ ਮਾਂ ਦੇ ਦਿਲ 'ਤੇ ਕੀ ਬੀਤ ਰਹੀ ਹੋਏਗੀ ਜਿਹਦੀ ਔਲਾਦ ਹੋਵੇ ਵੀ ਸਿੱਖ, ਵੀ ਵਿਆਹ ਤਾਂ ਹੋਇਆ ਵੀ 5-7 ਸਾਲ ਬਾਅਦ, ਅਤੇ ਹੈ ਵੀ ਇੱਦਾਂ ਦੀ, ਅਤੇ ਡਾਕਟਰਾਂ ਨੇ ਜਵਾਬ ਵੀ ਦਿੱਤਾ ਵੀ ਉਹਨੇ ਰਾਜੀ ਨਹੀਂ ਹੋ ਸਕਦਾ। ਸਰਟੀਫਿਕੇਟ ਹੱਥ 'ਚ ਪੜਿਆ, ਮਾਂ ਦੀਆਂ ਅੱਖਾਂ 'ਚ ਅੰਜੂ ਨੇ ਆ ਕੇ ਜਦੋਂ ਕਾਰ 'ਚ ਬੈਠੀ ਝੋਲੀ 'ਚ ਬੱਚੇ ਨੂੰ ਝੋਲੀ 'ਚ ਪਾਇਆ ਹੋਇਆ, ਅਤੇ ਆਪਣੇ ਪਤੀ ਨੂੰ ਕਹਿੰਦੀ ਹੈ, ਕਹਿੰਦੀ ਮੈਂ ਸੁਣਿਆ ਹੁਸ਼ਿਆਰਪੁਰ ਦੇ ਕੋਲ ਮਹਾਂਪੁਰਸ਼ ਨੇ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ, ਕਹਿੰਦੀ ਮੈਂ ਸੁਣਿਆ ਕਿ ਉਹ ਇੱਥੇ ਆਏ ਨੇ ਕੈਨੇਡਾ 'ਚ ਪ੍ਰਚਾਰ ਲਈ, ਮੈਨੂੰ ਕਿਸੇ ਨੇ ਦੱਸਿਆ, ਅਤੇ ਕਿਉਂ ਨਾ ਹੋਵੇ ਆਪਾਂ ਇੱਕ ਵਾਰੀ ਉਹਨਾਂ ਕੋਲ ਚਲੇ ਜਾਈਏ। ਹੁਣ ਹੈਗਾ ਨਾਸਤਿਕ ਸੀ ਹਰੀ ਸਿੰਘ, ਉਹਨੇ ਕਿਹਾ ਉਹ ਕੀ ਕਰ ਲੈਣਗੇ, 20-20 ਸਾਲ ਜਿਹਨਾਂ ਡਾਕਟਰਾਂ ਨੇ ਪੜ੍ਹਾਈਆਂ ਕੀਤੀਆਂ, ਉਹਨਾਂ ਨੇ ਜਦ ਲਿਖ ਕੇ ਦੇ ਦਿੱਤਾ ਵੀ ਬੱਚਾ ਨਹੀਂ ਰਾਜੀ ਹੋ ਸਕਦਾ ਅਤੇ ਉਹਨਾਂ ਫੂਕ ਮਾਰ ਕੇ ਠੀਕ ਕਰ ਦੇਣਾ। ਧਿਆਨ ਦੇਣਾ, ਜਿਹਨਾਂ ਦੀ ਭਾਵਨਾ ਨਹੀਂ ਨਾ ਹੁੰਦੀ ਉਹ ਇਸ ਤਰ੍ਹਾਂ ਹੀ ਫਿਰ ਹਲਕੇ ਲਫਜ਼ ਬੋਲਦੇ ਨੇ ਅਤੇ ਭਾਵਨਾ ਵਾਲਿਆਂ ਦੇ ਬੇੜੇ ਵੀ ਪਾਰ ਹੋ ਜਾਂਦੇ। ਉਹਨੇ ਕਿਹਾ ਵੀ ਹੁਣ ਤਾਂ ਸਾਰੇ ਪਾਸਿਓਂ ਜਵਾਬ ਹੀ ਹੈ ਨਾ, ਅਤੇ ਜੇ ਲੈ ਜਾਓਗੇ ਤਾਂ ਤੁਹਾਡਾ ਕੀ ਜਾਂਦਾ। ਅੱਗੋਂ ਦਾ ਜਵਾਬ ਸੀ, ਕਹਿੰਦਾ ਜਾਂਦਾ ਕਿਉਂ ਨਹੀਂ, ਜਿੱਥੇ ਉਹ ਰਹਿੰਦੇ ਪਏ ਨੇ $2 ਦਾ ਪੈਟਰੋਲ ਲੱਗ ਜਾਣਾ। ਦੇਖੋ ਜਿਹੜਾ ਮਨੀ ਮਾਈਂਡਡ ਬੰਦਾ ਹੋਵੇ ਉਹ ਵੀ ਸੋਚਦਾ, ਇਹ ਨਹੀਂ ਸੋਚਦਾ ਕਿ ਦੇਣ ਵਾਲਾ ਤਾਂ ਵਾਹਿਗੁਰੂ ਹੈ, ਉਹ ਨਾ ਦੇਵੇ ਤਾਂ ਸਾਡੇ ਕੋਲ ਕਿੱਥੋਂ ਆਉਣ, ਉਹ ਨਾ ਦੇਵੇ ਅਸੀਂ ਕਿੱਥੋਂ ਖਰਚਾ ਕਰਨਾ, ਇਹ ਤਾਂ ਉਹਦੀ ਮੋਚ, ਉਹਦੇ ਹੱਥ ਡੋਰ। ਕਹਿੰਦਾ ਚੱਲ ਫਿਰ ਵੀ ਕੋਈ ਗੱਲ ਨਹੀਂ, ਤੂੰ ਅੱਖਾਂ ਨਾ ਭਰ, ਤੇਰੀ ਇੱਛਾ ਤੇ ਤੈਨੂੰ ਮੈਂ ਲੈ ਜਾਂਦਾ। ਜਿਹੜੇ ਪਰਿਵਾਰ ਦੇ ਘਰ ਮਹਾਂਪੁਰਸ਼ ਠਹਿਰੇ ਸੀ ਉਸ ਬੀਬੀ ਦਾ ਨਾਂ ਵੀ ਲਿਖਿਆ ਪੁਸਤਕ, ਇਹ ਬਚਨ ਸੇ ਕਿਨੇ ਆ ਪੁਸਤਕ 'ਚ ਲਿਖਿਆ ਹੋਇਆ। ਉਸ ਬੀਬੀ ਦਾ ਨਾਂ ਸੀ ਜੀ ਅਜੀਤ ਕੌਰ। ਜਦੋਂ ਉਹ ਅਜੀਤ ਕੌਰ ਦੇ ਘਰ ਪਹੁੰਚੇ, ਜਾ ਕੇ ਦਰਵਾਜ਼ਾ ਖੜਕਾਇਆ, ਅਜੀਤ ਕੌਰ ਨੇ ਦਰਵਾਜ਼ਾ ਖੋਲ੍ਹਿਆ, ਸਤਿ ਸ਼੍ਰੀ ਅਕਾਲ ਫਤਿਹ ਬੁਲਾਈ, ਪੁੱਛਿਆ ਕਾਰਨ ਕਿਵੇਂ ਆਏ ਹੋ, ਕਹਿੰਦੇ ਜੀ ਤੁਹਾਡੇ ਘਰ ਮਹਾਂਪੁਰਸ਼ ਆਏ ਨੇ ਅਤੇ ਅਸੀਂ ਉਹਨਾਂ ਨੂੰ ਬੇਨਤੀ ਕਰਨ ਆਏ। ਉਹਨੇ ਅੰਦਰ ਬਿਠਾਇਆ, ਜਲ ਪਾਣੀ ਪੁੱਛਿਆ, ਕਹਿੰਦੇ ਜੀ ਮਹਾਂਪੁਰਸ਼ ਦੇ ਉੱਪਰ ਕਮਰੇ 'ਚ ਨੇ ਅਤੇ ਤੁਸੀਂ ਬੈਠੋ, ਮੈਂ ਉਹਨਾਂ ਨੂੰ ਪੁੱਛ ਕੇ ਆਉਂਦੀ ਹਾਂ। ਜਦੋਂ ਉੱਪਰ ਪੁੱਛਣ ਗਈ ਕਿ ਮਹਾਂਪੁਰਸ਼ੋ ਥੱਲੇ 2 ਜੀ ਆਏ ਨੇ, ਉਹਨਾਂ ਦਾ ਬੱਚਾ ਨਹੀਂ ਰਾਜੀ, ਤੁਹਾਨੂੰ ਬੇਨਤੀ ਕਰਨਾ ਚਾਹੁੰਦੇ ਨੇ, ਅਤੇ ਮਹਾਂਪੁਰਸ਼ ਕਹਿੰਦੇ ਅਸੀਂ ਇੱਥੇ ਬੱਚੇ ਰਾਜੀ ਕਰਨ ਆਏ ਹਾਂ, ਅਸੀਂ ਇੱਥੇ ਪ੍ਰਚਾਰ ਲਈ ਆਏ ਹਾਂ। ਬੀਬੀ ਕੁਝ ਨਹੀਂ ਬੋਲੀ, ਉਹਨੇ ਕੁਝ ਨਹੀਂ ਕਿਹਾ, ਮਹਾਂਪੁਰਖਾਂ ਦੇ ਅੱਗੋਂ ਕੋਈ ਜਵਾਬ ਨਹੀਂ ਦਿੱਤਾ, 2 ਮਿੰਟ ਖਲੋ ਗਈ। ਜਦੋਂ ਖਲੋ ਗਈ ਤਾਂ ਪਤਾ ਨਹੀਂ ਮਹਾਂਪੁਰਸ਼ਾਂ ਦੇ ਮਨ 'ਚ ਕੀ ਦਿਆਈ, ਅਤੇ ਕਹਿੰਦੇ ਸਹੇਲੀ ਹੈ ਤੇਰੀ, ਜਾਣਕਾਰ ਹੈ? ਉਹਨੇ ਕਿਹਾ ਹਾਂ ਬਈ ਜਾਣਕਾਰ। ਕਹਿੰਦੇ ਫਿਰ ਇੱਦਾਂ ਕਰ, ਮਾਂ ਪੁੱਤਰ ਨੂੰ ਉੱਪਰ ਭੇਜ ਦੇ ਅਤੇ ਪਿਓ ਨੂੰ ਥੱਲੇ ਬੈਠਾ ਰਹਿਣ ਦੇ। ਉਹ ਪਤਾ ਕਿਉਂ? ਕਿਉਂਕਿ ਮਾਂ ਫਿਰ ਵੀ ਢਹਿ ਕੇ ਆਈ ਸੀ ਕਿ ਮੈਂ ਬੱਚੇ ਦੀ ਬੇਨਤੀ, ਪਰ ਪਿਓ ਦੇ ਮਨ ਦੇ ਵਿੱਚ 1% ਵੀ ਜਿਹੜੀ ਭਾਵਨਾ ਨਹੀਂ ਸੀ ਹੈਗੀ। ਅਤੇ ਜਿਹੜੇ ਕਮਾਈ ਵਾਲੇ ਹੁੰਦੇ ਨੇ ਨਾ, ਜੇ ਸਾਡਾ ਗੁਰੂ ਅੰਤਰਜਾਮੀ ਤਾਂ ਗੁਰੂ ਦੇ ਪਿਆਰੇ ਵੀ ਅੰਤਰਜਾਮੀ ਹੋ ਜਾਂਦੇ ਜੀ, ਹੁੰਦਾ ਜੀ। ਹਰਿਮੰਦਰ ਸਾਹਿਬ
ਕੋਈ ਸਰੀਰ ਦਾੜੇ ਨਾਲ ਸੇਵਾ ਕਰ ਰਿਹਾ ਸੀ, ਕੰਨਾਂ ਝਾੜ ਰਿਹਾ ਦਾੜੇ ਨਾਲ, ਤੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਮਨ ਚ ਫੁਰਨਾ ਬਣਿਆ, ਕਹਿੰਦੇ ਸਰੀਰ ਦਾੜੇ ਨਾਲ ਸੇਵਾ ਕਰਦਾ ਪਿਆ, ਕੀ ਏਦਾਂ ਸੇਵਾ ਕਰਨੀ ਜਾਇਜ਼ ਹੈ, ਕਰ ਲੈਣੀ ਚਾਹੀਦੀ ਹੈ। ਮਨ ਚ ਫੁਰਨਾ ਬਣਿਆ ਵੀ ਇਹ ਦਾੜੇ ਨਾਲ ਸੇਵਾ ਕਰ ਰਿਹਾ ਹੈ। ਨਾਲ ਹੀ ਆਇਆ ਮਨ ਚ, ਚਲੋ ਗੁਰੂ ਰਾਮਦਾਸ ਪਿਤਾ ਜੀ ਨੂੰ ਬੇਨਤੀ ਕਰਕੇ ਪੁੱਛ ਲੈਂਦੇ ਹਾਂ, ਕਿਉਂਕਿ ਜਿਹੜੀਆਂ ਗੁਰਮੁਖ ਰੂਹਾਂ ਆਉਂਦੀਆਂ ਨਾ ਗੁਰੂ ਦੇ ਚਰਨਾਂ 'ਚ, ਜਦੋਂ ਅਰਦਾਸ ਬੇਨਤੀ ਕਰਦੀਆਂ ਕੋਈ ਸੰਸਾ ਹੋਵੇ ਤੇ ਮਹਾਰਾਜ ਪੰਕਤੀ ਰਾਹੀਂ ਜਾਂ ਕੋਈ ਸਾਹਮਣੇ ਕੋਈ ਵਰਤਾ ਕੇ ਜਵਾਬ ਦੇ ਦਿੰਦੇ ਨੇ। ਉਹਨਾਂ ਸੋਚਿਆ ਕਹਿੰਦੇ ਗੁਰੂ ਸਾਹਿਬ ਅੱਗੇ ਬੇਨਤੀ ਕਰਦੇ ਹਾਂ ਗੁਰੂ ਰਾਮਦਾਸ ਜੀ ਨੂੰ ਤੇ ਪੁੱਛ ਲੈਂਦੇ ਹਾਂ ਕਿ ਏਦਾਂ ਦਾੜੇ ਨਾਲ ਸੇਵਾ ਕਰਨੀ ਜਾਇਜ਼ ਹੈ। ਕਹਿੰਦੇ ਅਰਦਾਸ ਕਰਨ ਲੱਗੇ ਮਨ ਦੇ ਅੰਦਰ ਹੀ, ਕਹਿੰਦੇ ਜਦੋਂ ਅਰਦਾਸ ਕਰਨ ਲੱਗੇ ਤੇ ਉਸੇ ਸਰੀਰ ਨੇ ਆ ਕੇ ਮੋਢਾ ਫੜ ਲਿਆ, ਕਹਿੰਦਾ ਭਾਈ ਸਾਹਿਬ ਜੀ ਇੰਨੀ ਕੁ ਗੱਲ ਪੁੱਛਣੀ ਸੀ ਮੈਨੂੰ, ਪੁੱਛ ਲੈਂਦੇ ਗੁਰੂ ਰਾਮਦਾਸ ਜੀ ਨੂੰ ਕਿਉਂ ਤੰਗ ਕਰਦੇ ਪਏ ਹੋ। ਆਖੋ ਸਤਨਾਮ, ਵੀ ਇੰਨੀ ਕੁ ਗੱਲ ਪੁੱਛਣੀ ਸੀ ਮੈਨੂੰ ਪੁੱਛ ਲਓ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਹੈਰਾਨ ਹੋ ਗਏ ਵੀ ਇਹਨੂੰ ਕਿਵੇਂ ਪਤਾ ਲੱਗਾ, ਬੋਲੇ ਕੁਝ ਨਹੀਂ। ਉਹ ਕਹਿੰਦੇ ਜੀ ਮੈਂ ਤੁਹਾਡੇ ਪਹਿਲੇ ਸਵਾਲ ਦਾ ਜਵਾਬ ਦਿਆਂ ਕਿ ਦੂਜੇ ਦਾ, ਪਹਿਲਾਂ ਤੁਹਾਡਾ ਸੰਸਾ ਬਣਿਆ ਕਿ ਦਾੜੇ ਨਾਲ ਸੇਵਾ ਕਰਨੀ ਜਾਇਜ਼ ਕਿ ਨਹੀਂ, ਦੂਜਾ ਤੁਹਾਡੇ ਮਨ 'ਚ ਬਣ ਗਿਆ ਕਿ ਇਹਨੂੰ ਕਿਵੇਂ ਪਤਾ ਲੱਗਾ। ਕਹਿੰਦੇ ਮੈਂ ਤੁਹਾਡੇ ਦੋਨਾਂ ਸਵਾਲਾਂ ਦਾ ਜਵਾਬ ਦਿੰਦਾ। ਪਹਿਲੀ ਗੱਲ ਕਿ ਮੈਂ ਗੁਰੂ ਰਾਮਦਾਸ ਮਹਾਰਾਜ ਦੇ ਦਰ ਦੀ ਸੇਵਾ, ਗੁਰੂ ਰਾਮਦਾਸ ਜੀ ਦੇ ਦਰ ਦੀ ਸੇਵਾ ਕੰਧਾਂ ਜਾਣ ਕੇ, ਸੰਗਮਰਮਰ ਜਾਣ ਕੇ, ਫਰਸ਼ ਜਾਣ ਕੇ ਨਹੀਂ ਕਰਦਾ, ਮੈਂ ਗੁਰੂ ਰਾਮਦਾਸ ਜੀ ਦੇ ਦਰ ਦੀ ਸੇਵਾ ਗੁਰੂ ਰਾਮਦਾਸ ਜੀ ਦਾ ਸਰੀਰ ਜਾਣ ਕੇ ਕਰਦਾ। ਸਤਸੰਗਤ ਜੀ, ਦੂਸਰਾ ਉਹਨਾਂ ਕਿਹਾ ਕਹਿੰਦੇ ਜਿਹੜਾ ਤੁਹਾਡੇ ਮਨ 'ਚ ਸੰਸਾ ਬਣਿਆ ਨਾ ਕਿ ਮੈਨੂੰ ਪਤਾ ਕਿਵੇਂ ਲੱਗਾ, ਤੇ ਭਾਈ ਸਾਹਿਬ ਜੀ ਜਿਹੜਾ ਇਸ ਦਰ ਦੀ ਧੂੜੀ ਮੱਥੇ ਨੂੰ ਲਾਉਂਦਾ, ਜਿਹਦੇ 'ਤੇ ਗੁਰੂ ਰਾਮਦਾਸ ਜੀ ਤਰਸ ਕਰਕੇ ਜਿਹਨੂੰ ਬੁਲਾ ਲੈਂਦੇ ਨੇ ਆਪਣੇ ਦਰ 'ਤੇ ਸੇਵਾ ਕਰਾ ਲੈਂਦੇ ਨੇ, ਇਹੋ ਜਿਹੀਆਂ ਦਾਤਾਂ ਗੁਰੂ ਰਾਮਦਾਸ ਜੀ ਸਹਿਜੇ ਹੀ ਉਹਦੀ ਝੋਲੀ 'ਚ ਪਾ ਦਿੰਦੇ ਨੇ। ਸਤਸੰਗਤ ਜੀ, ਇੱਕ ਵਾਰੀ ਕਹਿ ਦਿਓ ਪਿਆਰ ਨਾਲ ਸਤਨਾਮ, ਕਿ ਜੇ ਸਾਡਾ ਗੁਰੂ ਅੰਤਰਜਾਮੀ ਤੇ ਗੁਰੂ ਦੇ ਲਾਡਲੇ, ਗੁਰੂ ਦੇ ਪਿਆਰੇ, ਨਾਮ ਜਪਣ ਵਾਲੇ, ਇਹ ਗੁਣ ਉਹਨਾਂ 'ਚ ਵੀ ਆ ਜਾਂਦੇ। ਮਹਾਂਪੁਰਸ਼ ਕਹਿਣ ਲੱਗੇ ਮਾਂ ਪੁੱਤਰ ਨੂੰ ਭੇਜ ਦਿਓ, ਕਹਿੰਦੇ ਜਦੋਂ ਮਾਂ 4.5 ਸਾਲ ਦੇ ਬੱਚੇ ਨੂੰ ਚੁੱਕ ਕੇ ਲਿਆਈ, ਹੁਣ ਚੁੱਕ ਕੇ ਲਿਆਈ, ਮਨ ਭਰਿਆ ਸੀ ਬੱਚੇ ਨੂੰ ਲੰਮੇ ਪਾ ਕੇ ਤੇ ਰੋਣਾ ਸ਼ੁਰੂ ਕਰ ਦਿੱਤਾ, ਰੋਣ ਲੱਗ ਪਈ, ਬੜਾ ਰੋਈ। ਮਹਾਂਪੁਰਸ਼ ਕਹਿੰਦੇ ਬੀਬਾ ਰੋ ਨਾ, ਦੱਸ ਕੀ ਗੱਲ ਹੈ। ਕਹਿੰਦੀ ਜੀ ਵੇਖੋ 4.5 ਸਾਲ ਦਾ ਬੱਚਾ ਹੋ ਗਿਆ ਮੇਰਾ, ਲਾਸ਼ ਵਾਂਗੂ ਚੁੱਕੀ ਫਿਰਦੀ ਹਾਂ, ਜਿਵੇਂ ਕੋਈ ਲੋਥ ਨੂੰ ਚੁੱਕਦਾ ਮੈਂ ਉੱਦਾਂ ਚੁੱਕੀ ਫਿਰਦੀ ਹਾਂ, ਖਾ ਰਿਹਾ, ਪੀ ਰਿਹਾ, ਕਿਰਿਆ ਕਰ ਰਿਹਾ, ਪਰ ਕੋਈ ਇਹਦਾ ਅੰਗ ਸਰੀਰ ਦਾ ਹਰਕਤ 'ਚ ਨਹੀਂ ਹੈਗਾ। ਮਹਾਂਪੁਰਸ਼ ਕਹਿਣ ਲੱਗੇ, ਕਹਿੰਦੇ ਕੀ ਨੇਮ ਹੈ ਤੇਰਾ, ਨੇਮ ਤੇ ਕੋਈ ਕਰਦੀ ਨਹੀਂ ਸੀ, ਨੇਮ ਤੇ ਕੋਈ ਕਰਦੀ ਨਹੀਂ ਸੀ, ਦੋਨੋਂ ਨਾਸਤਿਕ ਸੀ। ਉਹ ਕਹਿਣ ਲੱਗੀ ਕਹਿੰਦੀ ਮਹਾਂਪੁਰਸ਼ ਜਦ ਤੱਕ ਕੁਆਰੀ ਸੀ ਪੇਕੇ ਘਰ 'ਚ ਸੀ, ਗੁਰਦੁਆਰੇ ਵੀ ਜਾਂਦੀ ਸੀ, ਬਾਣੀ ਵੀ ਪੜ੍ਹਦੀ ਸੀ, ਨਿਤਨੇਮ ਵੀ ਕਰਦੀ ਸੀ, ਜਦੋਂ ਦਾ ਮੇਰਾ ਵਿਆਹ ਹੋਇਆ ਮੇਰਾ ਪਤੀ ਨਾ ਤੇ ਆਪ ਬਾਣੀ ਪੜ੍ਹਦਾ ਤੇ ਨਾ ਮੈਨੂੰ ਪੜ੍ਹਨ ਦਿੰਦਾ, ਨਾ ਆਪ ਗੁਰੂ ਘਰ ਜਾਂਦਾ, ਨਾ ਮੈਨੂੰ ਜਾਣ ਦਿੰਦਾ। ਕਹਿੰਦੇ ਉਹਦੇ ਨਾਲ ਰਹਿ ਰਹਿ ਕੇ ਤੇ ਮੈਂ ਵੀ ਉਦਾਂ ਦੀ ਹੋ ਗਈ। ਤੇ ਮਹਾਂਪੁਰਸ਼ ਵੀਰ ਰਸ ਚਾ ਕੇ ਕਹਿਣ ਲੱਗੇ, ਕਹਿੰਦੇ ਜਿੱਥੇ ਗੁਰੂ ਨਾਨਕ ਦੀ ਸਿੱਖੀ ਦੇ ਮਹਿਲਾਂ ਦਾ ਜਨਮ ਹੋਵੇ ਤੇ ਜਿਹੜਾ ਜਪਜੀ ਸਾਹਿਬ ਹੀ ਨਹੀਂ ਕਰਦਾ, ਜਿਹੜਾ ਬਾਣੀ ਨਹੀਂ ਪੜ੍ਹਦਾ, ਕਹਿੰਦੇ ਬੀਬਾ ਉੱਥੇ ਹੋਰ ਕੀ ਲੱਭਦੇ ਹੋ, ਉੱਥੇ ਫਿਰ ਇਹੋ ਹੀ ਕੁਝ ਹੈਗਾ ਜੇ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਕਹਿੰਦੇ ਜਿੱਥੇ ਬਾਣੀ ਨਹੀਂ, ਜਿੱਥੇ ਨਿਤਨੇਮ ਨਹੀਂ,
ਜਨਮ ਸਿੱਖੀ ਦੇ ਮਹਿਲਾਂ ਦਾ ਤੇ ਕਹਿੰਦੇ ਉੱਥੇ ਹੋਰ ਕੀ ਪਾ ਦਿਓ, ਉੱਥੇ ਫਿਰ ਇਹੋ ਹੀ ਕੁਝ ਹੈ, ਲੈ ਜਾ ਪਿੱਛੇ ਨੂੰ। ਕਹਿੰਦੀ ਜੀ ਨਹੀਂ, ਮੈਨੂੰ ਜੁਗਤ ਦੱਸੋ ਤੁਸੀਂ, ਮੈਂ ਅੱਜ ਤੋਂ ਬਾਣੀ ਪੜ੍ਹਿਆ ਕਰਾਂਗੀ, ਤੁਸੀਂ ਮੈਨੂੰ ਦੱਸੋ। ਇਹ ਮਹਾਂਪੁਰਸ਼ ਕਹਿਣ ਲੱਗੇ ਪਹਿਲੇ ਆਪਣਾ ਨਿਤਨੇਮ ਪਰਪੱਕ ਕਰ, ਪਹਿਲੇ ਆਪ ਨਿਤਨੇਮੀ ਬਣ। ਪਹਿਲੇ ਆਪਣਾ ਜੀਵਨ ਨਿਤਨੇਮੀ ਬਣਾ, ਅੰਮ੍ਰਿਤ ਵੇਲੇ ਉੱਠ, ਪੰਜ ਬਾਣੀਆਂ ਪੜ੍ਹਿਆ ਕਰ, ਆਸਾ ਦੀ ਵਾਰ ਕਰਿਆ ਕਰ, ਹੋ ਸਕੇ ਸੁਖਮਨੀ ਸਾਹਿਬ ਵੀ ਪੜ੍ਹਿਆ ਕਰ, ਫਿਰ ਇਸ ਬੱਚੇ ਨੂੰ ਝੋਲੀ 'ਚ ਪਾ ਕੇ ਅਤੇ ਮੂਲ ਮੰਤਰ ਸੁਣਾਉਣਾ, ਬੋਲ ਕੇ ਇਹਦੇ ਕੰਨਾਂ 'ਚ ਆਵਾਜ਼ ਪਵੇ। ਦੋ ਮਿੰਟ ਪੜ੍ਹਿਓ ਪਿਆਰ ਦੇ ਨਾਲ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਪੀ ਸਰ ਇੱਕ ਓਂਕਾਰ ਸਤਨਾਮ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਪੀ ਸਰ। ਸੰਗਤ ਜੀ ਹੁਣ ਤੁਸੀਂ ਸਾਰੇ ਪੜ੍ਹੋ ਇੱਕ ਓਂਕਾਰ ਸਤਨਾਮ ਕਰਤਾ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਭੀ ਸਚ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਸਾਰੇ ਇੱਕ ਓਂਕਾਰ ਸਤਨਾਮ ਕਰਤਾ ਵਾਹ ਸਭ ਸੰਗਤ ਸਾਰੇ ਨਿਰਵੈ ਅਕਾਲ ਮੂਰਤ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਸੰਗਤ ਜੀ ਪਿਆਰ 'ਚ ਕਹਿ ਦਿਓ ਸਤਨਾਮ ਫਿਰ ਕਹਿ ਦਿਓ ਜੀ ਸਤਨਾਮ ਸਤ ਸੰਗਤ ਮਹਾਂਪੁਰਖਾਂ ਨੇ ਕਿਹਾ ਕਿ ਬੀਬਾ ਆਪ ਨਿਤਨੇਮੀ ਬਣ ਫਿਰ ਬੱਚੇ ਨੂੰ ਝੋਲੀ 'ਚ ਪਾ ਕੇ ਰੋਜ਼ ਮੂਲ ਮੰਤਰ ਸਰਵਣ ਕਰਾਉਣਾ ਬੱਚੇ ਨੂੰ ਸਤ ਸੰਗਤ ਜੀ ਰੋਜ਼ ਮੰਗਦੇ ਹਾਂ ਨਾ ਅਰਦਾਸ ਵਿੱਚ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ ਅੱਜ ਉਹ ਗੱਲ ਬਣ ਗਈ ਇਸ ਭੈਣ ਦੇ ਨਾਲ ਉਹ ਗੱਲ ਬਣ ਗਈ ਆਪਣੇ ਬੱਚੇ ਨੂੰ ਲੈ ਕੇ ਆਈ ਕਿ ਮੈਂ ਹੁਣ ਜ਼ਰੂਰ ਨਿਤਨੇਮ ਕਰਿਆ ਕਰਾਂਗੀ ਸੰਗਤ ਜੀ ਥੱਲੇ ਆ ਕੇ ਆਪਣੇ ਪਤੀ ਨੂੰ ਲੈ ਕੇ ਨਾਲ ਜਦੋਂ ਗੱਡੀ 'ਚ ਆ ਕੇ ਬੈਠੀ ਹੈ ਅਤੇ ਪਤੀ ਕਹਿਣ ਲੱਗਾ ਕਹਿੰਦਾ ਕਰਤਾ ਠੀਕ ਟਿਚਕਰ ਲਾ ਕੇ ਕਿਹਾ ਹੋ ਗਿਆ ਬੱਚਾ ਠੀਕ ਉਹ ਕਹਿੰਦੇ ਜੀ ਹੁਣ ਤੁਸੀਂ ਭਾਵੇਂ ਮੈਨੂੰ ਗੁੱਸਾ ਕਰੋ ਭਾਵੇਂ ਰੋਕੋ ਪਰ ਮੈਂ ਆਪਣਾ ਨਿਤਨੇਮ ਜਿਹੜਾ ਨਾ ਉਹ ਪੱਕਾ ਬਣਾਉਣਾ ਹੈ ਦਵਾਈ ਸਮਝ ਕੇ ਬੱਚੇ ਨੂੰ ਬਾਣੀ ਸੁਣਾਉਣੀ ਹੈ ਰੋਜ਼ ਦੇ ਨਿਤਨੇਮੀ ਬਣਨਾ ਮੈਂ ਵੀ ਹੁਣ ਸੰਗਤ ਜੀ ਅਗਲੀ ਸਵੇਰ ਹੀ ਹੋਰ ਚੜ੍ਹੀ ਅੱਜ ਕਈ ਸਾਲਾਂ ਬਾਅਦ ਅੱਜ ਹੱਥ ਦੇ ਵਿੱਚ ਨਿਤਨੇਮ ਸਾਹਿਬ ਦਾ ਗੁਟਕਾ ਫੜਿਆ ਗੁਟਕਾ ਸਾਹਿਬ ਫੜਿਆ ਕਈ ਸਾਲਾਂ ਬਾਅਦ ਅੱਜ ਗੁਰਬਾਣੀ ਪੜ੍ਹੀਏ
ਕਈ ਸਾਲ ਬੀਤ ਗਏ ਸੀ, ਬੜਾ ਆਨੰਦ ਆਇਆ, ਬੜਾ ਆਨੰਦ ਆਇਆ। ਜਿਸ ਤਰ੍ਹਾਂ ਮਹਾਂਪੁਰਸ਼ਾਂ ਕਿਹਾ ਸੀ ਕਿ ਬੱਚੇ ਨੂੰ ਝੋਲੀ 'ਚ ਪਾ ਕੇ ਅਤੇ ਮੂਲ ਮੰਤਰ ਦਾ ਜਾਪ ਜਿਹੜਾ ਉਹ ਬੱਚੇ ਨੂੰ ਸਰਵਣ ਕਰਾਉਣਾ, ਉਸੇ ਤਰ੍ਹਾਂ ਸਰਵਣ ਕਰਾਉਣਾ ਸ਼ੁਰੂ ਕਰ ਦਿੱਤਾ। 22 ਦਿਨ ਬੀਤੇ ਸੀ, 22 ਦਿਨ ਬੀਤੇ ਸੀ ਸੰਗਤ ਜੀ, ਬੱਚੇ ਨੂੰ ਬੈੱਡ 'ਤੇ ਲਟਾਇਆ ਅਤੇ ਮੂੰਹ ਦੇ ਵਿੱਚ ਨਾ ਫੀਡਰ ਲਾ ਤੀ। ਆਮ ਮਾਵਾਂ ਕਈ ਬੱਚੇ ਨੂੰ ਸ਼ੀਸ਼ੀ ਲਾ ਕੇ ਅਤੇ ਸਿਰਹਾਣੇ ਦੀ ਟੇਕ ਰੱਖ ਕੇ ਆਪ ਕੰਮ ਕਰ ਲੈਂਦੀ ਹੈ। ਬੱਚੇ ਦੇ ਮੁੱਖ ਵਿੱਚ ਫੀਡਰ ਲਾ ਤੀ ਦੁੱਧ ਵਾਲੀ ਕਿ ਬੱਚਾ ਦੁੱਧ ਪੀ ਲਵੇ, ਸਿਰਹਾਣੇ ਦੀ ਟੇਕ ਦੇ ਤੀ ਅਤੇ ਆਪ ਕੰਮ ਕਰਨ ਲੱਗ ਪਈ ਰਸੋਈ 'ਚ। ਰਸੋਈ ਦੇ ਵਿੱਚ ਕੰਮ ਕਰਦਿਆਂ ਕਰਦਿਆਂ ਇੱਕਦਮ ਬੱਚੇ ਵੱਲ ਧਿਆਨ ਗਿਆ ਅਤੇ ਕੀ ਵੇਖ ਰਹੀ ਹੈ ਕਿ ਜਿਹੜੇ ਬੱਚੇ ਦਾ ਇੱਕ ਵੀ ਅੰਗ ਹਰਕਤ 'ਚ ਨਹੀਂ ਸੀਗਾ, ਅੱਜ ਉਹ ਦੁੱਧ ਵਾਲੀ ਸ਼ੀਸ਼ੀ ਬੱਚੇ ਨੇ ਆਪਣੇ ਹੱਥਾਂ ਨਾਲ ਫੜੀ ਹੋਈ ਸੀ। ਸਤਸੰਗਤ ਜੀ, 22 ਦਿਨ ਬੀਤੇ ਸੀ, ਅਜੇ ਨੇਮ ਕਰਦਿਆਂ ਕਰ ਸ਼ਰਧਾ ਨਾਲ ਰਹੀ ਸੀ। ਇਹ ਵੀ ਜ਼ਰੂਰੀ ਹੈ ਵੀ ਕੋਈ ਕਰੇ ਸ਼ਰਧਾ ਨਾਲ, ਪਿਆਰ ਨਾਲ, ਭਾਵਨਾ ਨਾਲ ਕਰੇ ਅਤੇ ਗੁਰੂ ਅੱਜ ਵੀ ਵਰਤਦਾ ਜੋ, ਅੱਜ ਵੀ ਕਿਤੇ ਗਿਆ ਨਹੀਂ। ਸ਼ਰਧਾ ਭਾਵਨਾ ਨਾਲ ਨੇਮ ਕਰ ਰਹੀ ਹੈ, 22 ਦਿਨਾਂ ਬਾਅਦ ਬੱਚੇ ਦੇ ਜਿਹੜੇ ਅੰਗ ਹਰਕਤ ਜਾਣੇ ਸ਼ੁਰੂ ਹੋ ਗਏ, ਹੱਥ ਹਿਲਣਾ ਸ਼ੁਰੂ ਹੋ ਗਿਆ, ਬਾਹ ਹਿਲਣੀ ਸ਼ੁਰੂ ਹੋ ਗਈ, ਅੱਜ ਹੋਰ, ਕੱਲ ਹੋਰ, ਪਰਸੋਂ ਹੋਰ, ਹੌਲੀ ਹੌਲੀ ਬੱਚੇ ਨੇ ਬਹਿਣਾ ਸ਼ੁਰੂ ਕਰਤਾ, ਹੌਲੀ ਹੌਲੀ ਖਲੋਣਾ ਸ਼ੁਰੂ ਕਰਤਾ, ਤੁਰਨਾ ਸ਼ੁਰੂ ਕਰਤਾ, ਬੋਲਣਾ ਸ਼ੁਰੂ ਕਰ ਦਿੱਤਾ। ਇਹ ਪਰਿਵਾਰ ਦੀ ਭਾਵਨਾ ਬਣ ਗਈ, ਗੁਰਬਾਣੀ 'ਤੇ ਭਰੋਸਾ ਬਣ ਗਿਆ, ਹਰੀ ਸਿੰਘ ਦਾ ਵੀ ਬਣ ਗਿਆ, ਗੁਰਦੇਵ ਕੌਰ ਦਾ ਵੀ ਬਣ ਗਿਆ, ਇਹਨਾਂ ਦੇ ਲਿੰਕ ਵਿੱਚ ਵੀ ਜਿਹੜੇ ਪਰਿਵਾਰ ਨੇ ਉਹਨਾਂ ਦਾ ਵੀ ਭਰੋਸਾ ਬਣ ਗਿਆ। ਸਤਸੰਗਤ ਜੀ, ਤੁਸੀਂ ਵੇਖੋ ਉਹ ਬੱਚਾ ਜਿਹਨੂੰ 12 ਡਾਕਟਰਾਂ ਦੀ ਟੀਮ ਨੇ ਸਾਈਨ ਕਰਕੇ ਲਿਖ ਕੇ ਦੇ ਦਿੱਤਾ ਸੀ ਕਿ ਇਹ ਬੱਚਾ ਰਾਜੀ ਨਹੀਂ ਹੋ ਸਕਦਾ, ਗੁਰਬਾਣੀ ਦੀ ਐਸੀ ਕਿਰਪਾ ਵਰਤੀ, ਐਸੀ ਕਿਰਪਾ ਵਰਤੀ। 1999 ਦੇ ਵਿੱਚ ਉਹ ਹੀ ਬੱਚਾ ਸੁਰਜੀਤ ਸਿੰਘ ਟੋਰੋਂਟੋ ਦੀ ਯੂਨੀਵਰਸਿਟੀ ਦੇ ਵਿੱਚੋਂ ਫਸਟ ਡਿਵੀਜ਼ਨ ਦੇ ਵਿੱਚ ਉਹਨੇ ਗ੍ਰੈਜੂਏਸ਼ਨ ਪਾਸ ਕੀਤੀ। ਕਹਿ ਦਿਓ ਸਤਨਾਮ, ਫਿਰ ਕਹਿ ਦਿਓ ਪਿਆਰ ਨਾਲ ਸਤਨਾਮ। ਬੁਲਿਆਰ ਜਾ ਰਹੇ ਹੋ ਬਾਬਾ ਦੀਪ ਸਿੰਘ ਜੀ ਤੋਂ, ਇਹ ਬਾਬਾ ਜੀ ਦਾ ਗੁਣ ਅਸੀਂ ਆਪਣੇ ਜੀਵਨ 'ਚ ਲੈ ਕੇ ਆਉਣਾ। ਜਿਹੜਾ ਗੁਰਬਾਣੀ ਪੜ੍ਹਦਾ, ਜਿਹੜਾ ਗੁਰਬਾਣੀ ਗਾਉਂਦਾ, ਜਿਹੜਾ ਗੁਰਬਾਣੀ ਸੁਣਦਾ, ਉਹਦੇ ਦੁੱਖ ਕੱਟੇ ਜਾਂਦੇ ਨੇ। ਪੜਿਓ ਪਿਆਰ ਦੇ ਨਾਲ, ਬਾਣੀ ਸਿਉਂ ਰੰਗ ਲਾਏ ਗੁਰ ਕੀ, ਬਾਣੀ ਸਿਉਂ ਰੰਗ ਲਾਏ, ਕਿਰਪਾਲ ਹੋਏ ਦੁੱਖ ਜਾਏ, ਕਿਰਪਾਲ ਹੋਏ ਦੁੱਖ ਜਾਏ, ਬਾਣੀ ਸਿਉਂ ਰੰਗ ਲਾਏ ਗੁਰ ਕੀ, ਬਾਣੀ ਸਿਉਂ ਰੰਗ ਲਾਏ, ਬਾਣੀ ਸਿਉਂ ਰੰਗ ਲਾਏ, ਦੁੱਖ ਰੋਗ ਸੰਤਾਪ ਉਤਰੇ, ਦੁੱਖ ਰੋਗ ਸੰਤਾਪ ਉਤਰੇ, ਰੋਗ ਸੰਤਾਪ ਉਤਰੇ, ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੁਣੀ ਸੱਚੀ ਬਾਣੀ, ਸਿਉਂ ਰੰਗ ਲਾਏ ਗੁਰ ਕੀ, ਬਾਣੀ ਸਿਉਂ ਰੰਗ ਲਾਏ, ਬਾਣੀ ਸਿਉਂ ਰੰਗ ਲਾਏ ਗੁਰ ਕੀ, ਬਾਣੀ ਸਿਉਂ ਰੰਗ ਲਾਏ, ਕੋਈ ਗਾਵੇ ਕੋ ਸੁਣੇ, ਕੋਈ ਗਾਵੇ ਕੋ ਸੁਣੇ, ਹਰ ਨਾ ਪਾਚਿਤ ਲਾਏ, ਕਬੀਰ ਸੰਸਾ ਨਹੀਂ, ਕਬੀਰ ਸੰਸਾ ਨਹੀਂ,
गत पाए परम गत पाए वाणी स्यों रंग लाए गुर की वाणी स्यों रंग लाए सारे वाणी स्यों रंग वाणी स्यों रंग लाए गुर की वाणी स्यों रंग लाए संगत जी जिन्हें भी बैठे हो असी भी अपनी भी अरदास करो साढ़े गरीबों की भी अरदास करो कि निता प्रति साडा बाणी का वो तो वाणी पढ़न का नेम बने गुरबाणी विच सारे सुख छुपे ने भाई साहब भाई गुरदास जी का एक कविते जैसे तो सकल निद पूर्ण समुद्र बिखे हंस मर जीवा नहचे प्रसाद पावई जैसे पर्वत हीरा मानक पारस सिद्ध खनवारा खन जग विखे प्रगटावई जैसे बन बिखे मलयागर सोंधा कपूर सोध के सुबासी सुबास बैसावई तैसे गुरवाणी बिखे सकल पदार्थ है जोई जोई खोजे सोई सोई निप जावई जोई जोई खोजे सोई सोई वाणी स्यों रंग लाए वाहे गुरु 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 वाहे सतनाम श्री वाहे गुरु जी फिर आखो जी सतनाम श्री वाहे गुरु जी सत्संग जी तैसे गुरबाणी बिखे सकल पदार्थ है बाणी पढ़ के कोई अध्यात्मक दात गुरु को मंग लवे वह भी झोली भर दीए कोई दुनियावी दात मंग ले वह भी झोली भर दीए कोई दुख सुख पीड़ा बनी होवे वह भी सतगुरु जी कृपा कर दे आए संकट भी कट दे भोजलां तो भी पार कर दे बाणी दे नितनेमी बनी सत संग जी दूर की जाना साडे अपने घर मैं तुहानूं अपने बच्चे की गल सुनाण लगी
ਦਾਸ ਦੇ ਬੇਟੇ ਨੇ ਨਾ, 1 ਰੁਪਏ ਦਾ ਸਿੱਕਾ ਹੁੰਦਾ ਨਾ ਸਿੱਕਾ, ਛੋਟੇ ਹੁੰਦਿਆਂ ਖੇਡਦਿਆਂ ਖੇਡਦਿਆਂ ਕੁਆਇਨ ਅੰਦਰ ਨਿਕਲ ਲਿਆ। ਉਹ ਸਿੱਕਾ ਸੰਗਤ ਜੀ ਪਸਲੀਆਂ 'ਚ ਜਾ ਕੇ ਫਸ ਗਿਆ। ਹੁਣ ਡਾਕਟਰ ਕੋਲ ਲੈ ਕੇ ਗਏ, ਲੰਘ ਗਿਆ ਅਤੇ ਬਾਅਦ ਵਿੱਚ ਮੈਨੂੰ ਕਹਿੰਦਾ ਕਿ ਮੈਂ ਅੰਦਰ ਕੁਆਇਨ ਲੰਘਾ ਲਿਆ। ਬੱਚੇ ਸ਼ਰਾਰਤਾਂ ਕਰਦੇ, ਕਿਸੇ ਵੇਲੇ ਨਹੀਂ ਪਤਾ ਲੱਗਦਾ। ਅਸੀਂ ਡਾਕਟਰ ਕੋਲ ਲੈ ਕੇ ਗਏ, ਉਹਨੇ ਐਕਸਰਾ ਕਰਾਇਆ। ਐਕਸਰੇ ਦੇ ਵਿੱਚ ਆਇਆ ਕਿ ਵੀ ਉਹ ਕੁਆਇਨ ਜਿਹੜਾ ਨਾ ਉਹ ਪਸਲੀਆਂ 'ਚ ਫਸ ਗਿਆ। ਉਹਨਾਂ ਨੇ ਆਪਣਾ ਹੀਲਾ ਵਸੀਲਾ ਕੀਤਾ ਵੀ ਦਵਾਈਆਂ ਰਾਹੀਂ ਜਾਂ ਕਿਸੇ ਰਾਹੀਂ ਕਿਸੇ ਤਰ੍ਹਾਂ ਉਹ ਨਿਕਲ ਜਾਏ। 2-3 ਦਿਨ ਡਾਕਟਰ ਲਗਾਤਾਰ ਬੁਲਾਉਂਦੇ ਰਹੇ ਵੀ ਸ਼ਾਇਦ ਰੋਜ਼ ਐਕਸਰੇ ਹੋਣਾ, ਉਹ ਕੁਆਇਨ ਉੱਥੋਂ ਟਸ ਤੋਂ ਮਸ ਨਹੀਂ ਹੋਇਆ ਜੀ। ਮਹਾਂਪੁਰਸ਼ ਆ ਗਏ ਨੇ ਸੰਗਤ ਦੇ ਵਿੱਚ, 2-3 ਮਿੰਟ ਦੇ ਵਿੱਚ ਪਹੁੰਚ ਰਹੇ ਨੇ, ਜਿਨ੍ਹਾਂ ਦੀ ਆਪ ਜੀ ਸਾਰੇ ਉਡੀਕ ਦੇ ਵਿੱਚ ਜੁੜ ਕੇ ਬੈਠੇ ਹੋ। ਬਸ 5-7 ਮਿੰਟ ਵਿੱਚ ਜੱਥੇ ਵੱਲੋਂ ਸਮਾਪਤੀ, ਫਿਰ ਮਹਾਂਪੁਰਸ਼ ਆਪ ਜੀ ਦੇ ਦਰਸ਼ਨ ਕਰਨਗੇ। ਸੰਗਤ ਜੀ, ਡਾਕਟਰ 2-3 ਦਿਨ ਬੁਲਾਉਂਦੇ ਰਹੇ, ਆਪਣਾ ਹੀਲਾ ਵਸੀਲਾ ਉਹਨਾਂ ਨੇ ਕੀਤਾ ਵੀ 2-3 ਦਿਨ ਜਦੋਂ ਬਿਲਕੁਲ ਉੱਥੋਂ ਟਸ ਤੋਂ ਮਸ ਨਹੀਂ ਹੋਇਆ ਨਾ, ਅਤੇ ਉਹਨਾਂ ਨੇ ਕਿਹਾ ਵੀ ਹੁਣ ਇਹਦਾ ਕੋਈ ਲੰਬਾ ਪ੍ਰੋਸੀਜਰ ਹੈ, ਵੀ ਹੁਣ ਕੈਮਰੇ ਰਾਹੀਂ ਅਸੀਂ ਦੂਰਬੀਨ ਰਾਹੀਂ ਓਪਰੇਸ਼ਨ ਕਰਾਂਗੇ ਜਾਂ ਕੋਈ ਕਿਸੇ ਤਰ੍ਹਾਂ, ਬੜਾ ਲੰਬਾ ਪ੍ਰੋਸੀਜਰ ਦੱਸਿਆ। ਅੱਜ ਤੋਂ 12-13-14-15 ਸਾਲ ਦੀ ਗੱਲ ਹੈ। ਮਹਾਂਪੁਰਸ਼ਾਂ ਨੂੰ ਬੇਨਤੀ ਕੀਤੀ ਵੀ ਇਸ ਤਰ੍ਹਾਂ ਬੱਚੇ ਨੇ ਅੰਦਰ ਸਿੱਕਾ ਨਿਕਲ ਰਿਹਾ, ਅਤੇ ਡਾਕਟਰ ਕਹਿੰਦੇ ਆ ਵੀ ਜੇ ਸਿੱਕਾ ਸਿੱਧਾ ਹੋ ਜਾਵੇ ਇੱਥੇ ਫੂਡ ਪਾਈਪ 'ਚ ਤਾਂ ਖਤਰਾ ਹੈ ਬੱਚੇ ਨੂੰ, ਅਤੇ ਇਹਦਾ ਜੋ ਵੀ ਕਰਾਉਣਾ, 2-3 ਦਿਨ ਹੋ ਗਏ ਵੀ ਜਲਦੀ ਇਲਾਜ ਕਰਾਉਣਾ ਪੈਣਾ, ਵੀ ਡਾਕਟਰਾਂ ਨੇ ਇਸ ਤਰ੍ਹਾਂ ਲੰਬਾ ਪ੍ਰੋਸੀਜਰ ਦੱਸਿਆ ਵੀ ਇਸ ਤਰ੍ਹਾਂ ਕੈਮਰਾ ਅੰਦਰ ਪਾਉਣਗੇ, ਉਹਦੇ ਰਾਹੀਂ ਸਾਰਾ ਜੋ ਵੀ ਉਹਨਾਂ ਕਰਨਾ, ਸਰਜਰੀ ਕਰਨੀ ਹੈ ਮਾੜੀ ਮੋਟੀ ਜਾਂ ਉਹਨੂੰ ਕੁਆਇਨ ਨੂੰ ਕਰਸ਼ ਕਰਨਾ, ਜਿਵੇਂ ਵੀ ਉਹ ਡਾਕਟਰ ਕਹਿੰਦੇ ਸੀ, ਅਸੀਂ ਬਾਅਦ 'ਚ ਵੇਖਾਂਗੇ ਵੀ ਜਦੋਂ ਅਸੀਂ ਦੂਰਬੀਨ ਅੰਦਰ ਪਾਵਾਂਗੇ ਬਾਅਦ 'ਚ ਵੇਖਾਂਗੇ ਕੀ ਕਰਨਾ। ਮਹਾਂਪੁਰਸ਼ਾਂ ਨੂੰ ਬੇਨਤੀ ਕੀਤੀ, ਬੱਚਾ ਛੋਟਾ ਹੋਵੇ, ਮਾਂ ਨੂੰ ਦੁੱਖ ਵੀ ਲੱਗਦਾ, ਤਕਲੀਫ ਹੁੰਦੀ ਬੱਚੇ, ਇਸ ਤਰ੍ਹਾਂ ਬੱਚੇ ਦੇ ਤਕਲੀਫ 'ਚ ਬੱਚਾ ਵੀ ਉਹ ਬਿਲਕੁਲ ਪਸਲੀਆਂ 'ਚ ਜਾ ਕੇ 3 ਦਿਨ ਤੋਂ ਫਸਿਆ ਕੁਆਇਨ ਉਹ ਸਿੱਕਾ। ਅਤੇ ਤੁਸੀਂ ਅਰਦਾਸ ਕਰ ਦਿਓ, ਕੋਈ ਜੁਗਤ ਦਿਓ, ਮਹਾਂਪੁਰਖ ਆ ਰਹੇ ਨੇ। ਉਹਨਾਂ 2 ਕੇਲੇ ਮੈਨੂੰ ਦਿੱਤੇ, ਕਹਿੰਦੇ 2 ਕੇਲੇ ਲੈ ਜਾ, ਕਹਿੰਦੇ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਝੂਰੀ 'ਚ ਰੱਖ ਦੇ। ਮਹਾਰਾਜ ਦੀ ਝੂਰੀ 'ਚ ਰੱਖ ਕੇ ਕਹਿੰਦੇ 2 ਪਾਠ ਸੁਖਮਨੀ ਸਾਹਿਬ ਦੇ ਘਰ, ਮੈਨੂੰ ਮਹਾਂਪੁਰਸ਼ਾਂ ਨੇ ਕਿਹਾ, ਮੇਰੇ ਕੋਲ ਸਾਰੀਆਂ ਰਿਪੋਰਟਾਂ ਹੈਗੀਆਂ ਜੇ, ਤੁਸੀਂ ਸਾਰੀਆਂ ਵੇਖ ਸਕਦੇ ਹੋ, ਐਕਸਰੇ ਦੀਆਂ ਸਾਰਾ ਕੁਝ। ਉਹ ਕਹਿਣ ਲੱਗੇ, ਕਹਿੰਦੇ ਇਹ 2 ਕੇਲੇ ਮਹਾਰਾਜ ਦੀ ਝੂਰੀ 'ਚ ਰੱਖ ਕੇ ਇਹਦੇ 'ਤੇ 2 ਪਾਠ ਸੁਖਮਨੀ ਸਾਹਿਬ ਦੇ ਕਰਕੇ ਬੱਚੇ ਨੂੰ ਛਕਾ ਦਿਓ। ਕਹਿੰਦੇ ਜੇ ਸਤਿਗੁਰੂ ਜੀ ਨੇ ਚਾਹਿਆ, ਕਿਉਂਕਿ ਮਹਾਂਪੁਰਸ਼ਾਂ ਵਡਿਆਈ ਦੇਣੀ ਹੁੰਦੀ ਗੁਰੂ ਨੂੰ, ਗੁਰੂ ਵਡਿਆਈ ਦਿੰਦਾ ਪਿਆਰਿਆਂ ਨੂੰ, ਪਿਆਰੇ ਵਡਿਆਈ ਦਿੰਦੇ ਆ ਗੁਰੂ ਨੂੰ, ਦੋਨਾਂ ਦੀ ਅੰਦਰ ਦੀ ਸਾਂਝ ਹੁੰਦੀ ਹੈ। ਕਹਿੰਦੇ ਮਹਾਰਾਜ ਨੇ ਚਾਹਿਆ ਤੇ ਕੀ ਪਤਾ ਹਿੱਲ ਜਾਏ ਕੁਆਇਨ ਸਿੱਕਾ। ਸੰਗਤ ਜੀ, ਜਿਵੇਂ ਮਹਾਂਪੁਰਖਾਂ ਨੇ ਸਮੱਤ ਦਿੱਤੀ, ਉਹ 2 ਕੇਲੇ ਲੈ ਕੇ ਪ੍ਰਸ਼ਾਦ, ਕੇਲੇ ਵੀ ਨਹੀਂ ਕਵਾਂਗੀ, ਜਦੋਂ ਮਹਾਂਪੁਰਸ਼ਾਂ ਦੇ ਹੱਥਾਂ ਨਾਲ ਮਿਲ ਜਾਏ ਤਾਂ ਫਿਰ ਉਹ ਪ੍ਰਸ਼ਾਦ ਹੈ। ਉਹ ਪ੍ਰਸ਼ਾਦ ਲੈ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਝੂਰੀ 'ਚ ਰੱਖਿਆ, ਇੱਕ ਚੌਂਕੜੇ 'ਤੇ ਸਤਿਗੁਰੂ ਜੀ ਨੇ 2 ਪਾਠ ਸੁਖਮਨੀ ਸਾਹਿਬ ਦੀ ਸੇਵਾ ਲਈ। ਐਤਵਾਰ ਸ਼ਾਮ ਦਾ ਟਾਈਮ ਸੀ ਅਤੇ ਸੋਮਵਾਰ ਸਵੇਰ ਦਾ ਸਾਨੂੰ ਟਾਈਮ ਦਿੱਤਾ ਸੀ ਡਾਕਟਰ ਨੇ। ਐਤਵਾਰ ਸ਼ਾਮੀ ਉਹਨੂੰ ਕੇਲੇ ਖਵਾ ਦਿੱਤੇ ਜੀ, ਬਾਣੀ ਪੜ੍ਹੀ ਸੀ ਮਹਾਂਪੁਰਖਾਂ ਨੇ ਰਸਨਾ ਰਾਹੀਂ ਵੀ। ਅਤੇ ਜਦੋਂ ਕੇਲੇ ਖਵਾਏ, ਜਦੋਂ ਅਗਲੇ ਦਿਨ ਸੰਗਤ ਜੀ ਡਾਕਟਰ ਕੋਲ ਲੈ ਕੇ ਗਏ, ਅਤੇ ਡਾਕਟਰ ਕਹਿੰਦਾ ਵੀ ਹੁਣੇ ਹੁਣੇ ਐਕਸਰਾ ਕਰਾ ਕੇ ਲਿਆਓ, ਫਿਰ ਅਸੀਂ ਜਿਹੜਾ ਪ੍ਰੋਸੀਜਰ ਕਰਨਾ ਕਰਦੇ ਹਾਂ। ਰੀਸੈਂਟਲੀ ਵੀ ਹੁਣੇ ਹੁਣੇ ਤਾਜ਼ਾ ਐਕਸਰੇ ਚਾਹੀਦਾ ਸਾਨੂੰ। ਸੰਗਤ ਜੀ ਜਦੋਂ ਐਕਸਰੇ ਕਰਾਉਣ ਗਏ ਅਤੇ ਉੱਥੇ ਕੁਆਇਨ ਹੈਗਾ ਹੀ ਨਹੀਂ, ਉਹ ਪੇਟ 'ਚ ਜਾ ਚੁੱਕਾ ਸੀ। ਕਹਿੰਦੇ ਹੁਣ ਆਪੇ ਨਿਕਲ ਜਾਏਗਾ, ਹੁਣ ਖਤਰੇ ਵਾਲੀ ਗੱਲ ਨਹੀਂ। ਕਹਿਣ ਤੋਂ ਭਾਵ ਕਿ ਸੰਗਤ ਜੀ ਕਿ ਦੇਖੋ ਅਸੀਂ ਕਿੰਤੂ ਪਰੰਤੂ ਕਰਦੇ ਹਾਂ ਬਾਣੀ 'ਤੇ, ਅਸੀਂ ਕਹਿੰਦੇ ਹਾਂ ਵੀ ਇੱਦਾਂ ਕਿੱਦਾਂ ਹੋ ਸਕਦਾ ਜੀ, ਤੁਸੀਂ ਸਾਹਮਣੇ ਸੁਣਿਆ, ਅਸੀਂ ਅੱਖਾਂ ਨਾਲ ਵੇਖਿਆ,
ਇਹ ਗੁਰੂ ਦੇ ਕੀਰਤਨ ਸਦਕਾ ਮਹਾਰਾਜ ਕਈ ਥਾਵਾਂ 'ਤੇ ਲੈ ਜਾਂਦੇ ਹੈ ਅਤੇ ਕਈ ਭੈਣਾਂ ਵੀਰ ਆਪਣੀਆਂ ਹੱਡ ਬੀਤੀਆਂ ਸੁਣਾਉਂਦੇ ਨੇ ਕਿ ਜਦੋਂ ਗੁਰਬਾਣੀ ਦਾ ਆਸਰਾ ਲਿਆ ਸਾਡੇ ਨਾਲ ਇਹ ਕਲਾ ਵਾਪਰੀ, ਸਾਡੇ ਨਾਲ ਸਾਡੇ 'ਤੇ ਇਹ ਕਿਰਪਾ ਹੋਈ। ਜਿਹੜਾ ਬਾਣੀ ਦਾ ਆਸਰਾ ਲੈਂਦਾ ਮਹਾਰਾਜ ਅੱਜ ਵੀ ਹਾਜ਼ਰ ਨਾਜ਼ਰ ਹੋ ਕੇ ਵਰਤਦੇ ਨੇ, ਸਾਡੀ ਭਾਵਨਾ ਬਣੇ। ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਦਿਹਾੜਾ ਮਨਾ ਰਹੇ ਹੋ, ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਰੋਜ਼ ਦਾ ਕਿੰਨਾ ਨਿਤਨੇਮ ਸੀ, ਅਸੀਂ ਕਿਣਕਾ ਕੀ ਉਹਦਾ। ਬਾਬਾ ਜੀ 101 ਕਰਦੇ ਸੀ, ਅਸੀਂ ਰੋਜ਼ ਦੇ ਕਰ ਲਈਏ ਵੀ ਆਪਣੇ ਨਿਤਨੇਮ ਤੋਂ ਇਲਾਵਾ 11 ਪਾਠ, 13 ਪਾਠ, 21 ਪਾਠ ਜਪਜੀ ਸਾਹਿਬ ਦੇ ਮਹਾਰਾਜ ਸੇਵਾ ਲੈਣ। ਛੋਟੇ ਛੋਟੇ ਬੈਨ ਬੰਧਨ ਆਪਣੇ ਆਪ 'ਤੇ ਪਾਉਂਦੇ ਰਹਿਣਾ ਚਾਹੀਦਾ। ਸਤਸੰਗਤ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਨਿਤਨੇਮ ਤੋਂ ਬਲਿਆਰੇ ਜਾਈਏ, ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਲਿਖਣ ਭਗਤੀ ਤੋਂ ਬਲਿਆਰੇ ਜਾਈਏ। ਔਰ ਅੱਜ ਤੁਸੀਂ ਬੇਬੇ ਨਾਨਕੀ ਜੀ ਅਸੀਸ ਭਲਾਈ ਕੇਂਦਰ ਦੇ ਸਾਲਾਨਾ ਸਮਾਗਮ 'ਤੇ ਆਏ ਹੋ, ਇੱਥੇ ਭਲੇ ਦਾ ਕਾਰਜ ਚੱਲ ਰਿਹਾ। ਜੋ ਵਿਧਵਾ ਬੀਬੀਆਂ ਭੈਣਾਂ ਆ ਕੇ ਇੱਥੋਂ ਰਾਸ਼ਨ ਪ੍ਰਾਪਤ ਕਰਦੀਆਂ ਨੇ, ਅਤੇ ਸ਼ਾਇਦ ਸੰਗਤ ਜੀ ਤੁਹਾਨੂੰ ਪਤਾ ਹੋਵੇ, ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਖੂਹ ਵੀ ਲਵਾਇਆ ਸੀ। ਬਾਕੀ ਖੂਹਾਂ ਦਾ ਪਾਣੀ ਖਾਰਾ, ਜਿਹੜਾ ਖੂਹ ਬਾਬਾ ਦੀਪ ਸਿੰਘ ਜੀ ਨੇ ਲਵਾਇਆ ਉਹਦਾ ਪਾਣੀ ਮਿੱਠਾ ਸੀ। ਬਾਬਾ ਦੀਪ ਸਿੰਘ ਜੀ ਵੀ ਭਲੇ ਦੇ ਕਾਰਜ ਕਿੰਨੇ ਕਰਦੇ ਰਹੇ। ਅਬਦਾਲੀ ਜਦੋਂ ਬਹੁਤ ਬੇਟੀਆਂ ਲੈ ਗਿਆ ਤੇ ਬਾਬਾ ਦੀਪ ਸਿੰਘ ਜੀ ਛੁਡਾ ਕੇ ਲਿਆਉਂਦੇ ਸੀ। ਕੈਸਾ ਪਰਉਪਕਾਰੀ ਜੀਵਨ, ਅਸੀਂ ਵੀ ਬਾਬਾ ਜੀ ਦੇ ਜੀਵਨ ਤੋਂ ਗੁਣ ਆਪਣੇ ਜੀਵਨ 'ਚ ਧਾਰਨ ਕਰੀਏ, ਨਿਤਨੇਮੀ ਵੀ ਜੀਵਨ ਹੋਵੇ ਸਾਡਾ। ਗੁਰੂ ਸਾਹਿਬ ਕਿਰਪਾ ਕਰਨ, ਨਿਤ ਦਾ ਅੰਮ੍ਰਿਤ ਵੇਲਾ ਵੀ ਬਖਸ਼ਣ। ਗੁਰੂ ਸਾਹਿਬ ਕਿਰਪਾ ਕਰਨ, ਸਾਡਾ ਜੀਵਨ ਪਰਉਪਕਾਰੀ ਵੀ ਹੋਵੇ। ਗੁਰੂ ਸਾਹਿਬ ਕਿਰਪਾ ਕਰਨ, ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਕਿਹੜੇ ਕਿਹੜੇ ਗੁਣ ਨੇ ਜਿੱਤੋਂ ਬਲਿਆਰ ਜਾਈਏ, ਪਰ ਕਿਰਪਾ ਕਰਨ ਮਹਾਰਾਜ ਉਹਨਾਂ ਗੁਣਾਂ ਦਾ ਕਿਣਕਾ ਜਿਹੜਾ ਉਹ ਸਾਡੀ ਝੋਲੀ 'ਚ ਪੈ ਜਾਵੇ। ਹੁਣ ਇੱਕ ਸ਼ਬਦ ਜਿਹੜਾ ਹੁਕਮ ਹੋਇਆ ਵੀਰਾਂ ਵੱਲੋਂ, ਜਿਹੜਾ ਪਿਛਲੇ ਸਾਲ ਪੜਿਆ ਸੀ, ਸਾਰੀ ਸੰਗਤ ਆਓ ਰਲ ਮਿਲ ਕੇ ਉਹ ਸ਼ਬਦ, ਫਿਰ ਮਹਾਂਪੁਰਸ਼ ਆਪ ਜੀ ਦੇ ਦਰਸ਼ਨ ਕਰਨਗੇ ਜੀ। ਸਾਰੀ ਸੰਗਤ ਆਪ ਜੀ ਨਾਲ ਨਾਲ ਕਿਰਪਾ ਕਰਨੀ। ਹੀਰੇ ਲਾਲ ਅਮੋਲ, ਹੀਰੇ ਲਾਲ ਅਮੋਲ, ਹੀਰੇ ਲਾਲ ਅਮੋਲ, ਆਹ
शब्द निशानिए चरण कवल रज कोल अमृत वाणिए गुरमुख पीता राज गुरमुख पीता राज अकथ कहानिए सिंह जी तन तन बाबा दीप सिंह
सत्संग जी महापुरख अत सत्कार जो भाई साहब भाई गुरु इकबाल सिंह जी संगत च पहुँच चुके ने, स्टेज पर सज गए ने, अपने जथे समेत सारी संगत एक जयकारे राही आओ उन्हां नूं जी आया आखिए जी बोले सो सा संगत जी केवल अद्धे मिनट की जो धारणा आप जी वालों हुक्म होया फिर महापुरश आप जी के दर्शन करेंगे मेरे प्यारे बाबा जी बाबा दीप सिंह जी पर देव चोली मेरी मेरे प्यारे बाबा जी बाबा दीप सिंह जी पर देव चोली मेरी मेरे प्यारे बाबा जी बाबा दीप सिंह जी पर देव चोली संगत मेरे प्यार जी पर दे चोली ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਬਖਸ਼ ਲੈਣੀਆਂ ਜੀ ਕੀਰਤਨ ਦੇ ਸਤਿਕਾਰ ਵਜੋਂ ਜੋ ਵੀ ਮਾਇਆ ਪ੍ਰਬੰਧਕ ਵੀਰਾਂ ਵੱਲੋਂ ਆਪ ਸੰਗਤ ਵੱਲੋਂ ਵਾਜੇ 'ਤੇ ਆਈ ਹੈ ਆਪ ਜੀ ਦੀ ਦਿੱਤੀ ਮਾਇਆ ਦਾ ਇੱਕ ਇੱਕ ਪੈਸਾ ਮੇਰੇ ਸਤਿਕਾਰਯੋਗ ਪਿਤਾ ਸਮਾਨ ਮਹਾਂਪੁਰਖ ਭਾਈ ਸਾਹਿਬ ਭਾਈ ਗੁਰੂ ਇਕਬਾਲ ਸਿੰਘ ਜੀ ਉਹਨਾਂ ਦੀਆਂ ਅਸੀਸਾਂ ਪ੍ਰੇਰਣਾ ਸਦਕਾ ਆਪ ਸੰਗਤ ਦੇ ਸਹਿਯੋਗ ਸਦਕਾ ਅਤੇ ਸਤਿਗੁਰਾਂ ਦੇ ਤਰਸ ਸਦਕਾ ਇਹ ਸਾਰੀ ਮਾਇਆ ਬੀਬੀ ਕੌਲਾਂ ਜੀ ਭਲਾਈ ਕੇਂਦਰ ਵਿਖੇ ਵਿਧਵਾ ਬੀਬੀਆਂ ਦੇ ਮੁੱਖ ਵਿੱਚ ਅੰਨ ਦਾ ਦਾਣਾ ਬਣ ਕੇ ਪਹੁੰਚਦੀ ਹੈ ਅਤੇ ਹੋਰ ਭਲੇ ਦੇ ਕਾਰਜਾਂ 'ਤੇ ਮਾਇਆ ਵਰਤੀ ਜਾਂਦੀ ਹੈ ਜੀ ਸਾਰੀਆਂ ਰੱਬ ਵਰਗੀਆਂ ਸੰਗਤਾਂ ਆਪ ਜੀ ਬੈਠੇ ਹੋ ਸਭ ਸੰਗਤਾਂ ਦਾ ਧੰਨਵਾਦ ਮੇਰੇ ਸਤਿਕਾਰ ਜੋ ਭਾਈ ਹੇਮ ਸਿੰਘ ਜੀ ਉਹਨਾਂ ਦਾ ਧੰਨਵਾਦ ਪ੍ਰੀਤਮ ਸਿੰਘ ਜੀ ਦੇ ਪਿਤਾ ਜੀ ਨਾਂ ਵਿਸਰ ਗਿਆ ਭਵਾਨੀ ਸਿੰਘ ਜੀ ਹਾਂਜੀ ਭਵਾਨੀ ਸਿੰਘ ਜੀ ਉਹਨਾਂ ਦਾ ਧੰਨਵਾਦ ਮੇਰੇ ਸਤਿਕਾਰਯੋਗ ਵੀਰ ਭਾਈ ਪ੍ਰੀਤਮ ਸਿੰਘ ਜੀ ਧੰਨਵਾਦ ਉਹਨਾਂ ਦਾ ਧੰਨਵਾਦ ਇਹਨਾਂ ਦੇ ਨਾਲ ਸਹਿਯੋਗ ਦੇਣ ਵਾਲੇ ਸਾਰੇ ਮੈਂਬਰ ਜੋ ਇਹਨਾਂ ਨੂੰ ਸਹਿਯੋਗ ਦਿੰਦੇ ਨੇ ਇਸ ਭਲਾਈ ਕੇਂਦਰ ਵਿਖੇ ਸਾਰੇ ਮੈਂਬਰਾਂ ਦਾ ਵੀ ਧੰਨਵਾਦ ਮੇਰੇ ਸਤਿਕਾਰਯੋਗ ਮਹਾਂਪੁਰਸ਼ ਜਿਹੜੇ ਅਸੀਸਾਂ ਦੇ ਰਹੇ ਨੇ ਉਹਨਾਂ ਦਾ ਧੰਨਵਾਦ ਸਭ ਤੋਂ ਵੱਧ ਧੰਨਵਾਦ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਨ੍ਹਾਂ ਦੀ ਗੋਦ ਵਿੱਚ ਜੁੜ ਕੇ ਬੈਠੇ ਹਾਂ ਜਿਹੜੇ ਲਾਈਵ ਟੈਲੀਕਾਸਟ ਦੇ ਰਹੇ ਨੇ bani.net ਤੋਂ ਜਾਂ ਕਿਸੇ ਹੋਰ ਚੈਨਲ ਤੋਂ ਵੀ ਜਿਹੜੇ ਦੇ ਰਹੇ ਨੇ ਬਹੁਤ ਬਹੁਤ ਉਹਨਾਂ ਦਾ ਵੀ ਧੰਨਵਾਦ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਜੀ ਭੁੱਲਾਂ ਬਖਸ਼ ਲੈਣੀਆਂ ਜੀ ਫਤਿਹ ਕੋਈ ਵੀ ਢਿੱਲੀ ਨਾ ਬੁਲਾਇਓ ਜੀ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ